ਪ੍ਰੋਫੈਸਰ ਸ਼ਮੀਰ ਜਿੰਦੀ ਸਾਡੇ ਸਟੂਡੀਓਜ਼ ਦੇ ਵਿੱਚ ਪਹੁੰਚ ਗਏ ਆ ਤੇ ਅੱਜ ਉਹ ਕਈ ਵਕਤ ਵਕਤ ਵਿਸ਼ਿਆਂ ਤੇ ਗੱਲਬਾਤ ਕਰਨਗੇ ਮੇਰੇ ਚੇਤੇ ਆ ਕਿ ਪਿਛਲੇ ਸ਼ਾਇਦ ਮਹੀਨੇ ਤੋਂ ਬਾਅਦ ਹੋ ਗਿਆ ਹੋਣਾ ਵਰਸਪ ਨੇ ਇੱਕ ਸਾਡੀ ਜਿਹੜੀ ਮੌਖਿਕ ਗੱਲਬਾਤ ਸੀ ਉਹਦੇ ਵਿੱਚ ਗੱਲ ਕੀਤੀ ਸੀ ਉਹ ਕਹਿੰਦੇ ਵੀ ਮੈਨੂੰ ਹੁਣ ਕਿਸੇ ਟੌਪਿਕ 'ਚ ਨਾ ਮੰਨਿਆ ਕਰੋ ਮੈਨੂੰ ਫ੍ਰੀ ਛੱਡ ਦਿਆ ਕਰੋ ਸੋ ਅੱਜ ਕਈ ਗੱਲਾਂ ਤੇ ਜਿਹੜੀ ਇਹ ਕਨਵਰਸੇਸ਼ਨ ਹੋਣੀ ਆ ਵਕਫ ਵਕਫ ਮੌਜੂਦ ਤੇ ਵਕਫ ਵਕਫ ਟੌਪਿਕਸ ਤੇ ਗੱਲਬਾਤ ਚਲੇਗੀ ਕਿਉਂਕਿ ਤੁਸੀਂ ਕੋਰੋਨਾ ਵਾਇਰਸ ਦੀਆਂ ਕਾਫੀ ਗੱਲਾਂ ਸੁਣ ਲਈਆਂ ਨੇ ਇਸ ਦਾ ਅਸਰ ਬਹੁਤ ਸਾਰੇ ਮਨੁੱਖਾਂ ਦੇ ਮਾਨਸਿਕ ਸਿਹਤ ਦੇ ਉੱਤੇ ਇਮੋਸ਼ਨਲੀ ਤੁਹਾਡੇ ਰਿਲੇਸ਼ਨਸ਼ਿਪਸ ਦੇ ਉੱਤੇ ਬਹੁਤ ਅਸਰ ਪੈ ਰਹੇ ਨੇ ਇਹਦੇ ਤੇ ਹੁਣ ਹਲੇ ਪੋਸਟ ਇਰਾ ਦੇ ਵਿੱਚ ਪੋਸਟ ਕੋਰੋਨਾ ਇਰਾ ਦੇ ਵਿੱਚ ਇਹਦਾ ਪਤਾ ਲੱਗੇਗਾ ਕਿ ਅਸੀਂ ਕਿਵੇਂ ਪ੍ਰਭਾਵਿਤ ਹੋਏ ਆਂ ਪਰ ਸਰਬ ਅ ਅੱਜ ਕਈ ਵੱਖ-ਵੱਖ ਗੱਲਾਂ ਕਰਨਗੇ ਪਰ ਸਰਬ ਜੀ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਥੈਂਕ ਯੂ ਥੈਂਕ ਯੂ ਸਰ ਵੈਲਕਮ ਜੀ ਸਰ ਜਿਹੜਾ ਤੁਸੀਂ ਕਿਹਾ ਮੇਰਾ خیال ਆ ਤੁਸੀਂ ਫਿਰ ਇਹ ਇਹ ਫੈਸਲਾ ਕਰ ਲਿਆ ਪਏ ਹੁਣ ਇਹ ਕਾਫੀ ਜਿਹੜਾ ਹੈਗਾ ਬੁਢਾ ਹੋ ਗਿਆ ਹੁਣ ਜੋ ਬੋਲਦਾ ਇਹਨੂੰ ਬੋਲਣ ਦਿਓ ਨਹੀਂ ਜੀ ਗੱਲ ਅੱਛਾ ਉਹ ਜਿਹੜੀਆਂ ਅਸੀਂ ਥੈਂਕ ਸਰ ਵੈਸੇ ਜਦ ਮੈਂ ਸੋਚਦਾ ਹਾਂ ਨਾ ਨਵੀਂ ਗੱਲ ਕੀ ਹੈ ਇਹ ਆਪਾਂ ਜਿਹੜੀਆਂ ਹੁਣ ਇੱਥੇ ਗੱਲਾਂ ਕਰਦੇ ਆ ਖਾਸ ਤੌਰ ਤੇ ਮੈਂ ਜਿਹੜੀਆਂ ਕਰਦਾ ਇਹਦੇ ਵਿੱਚ ਚੇਤੇ ਕਰਾਉਣ ਵਾਲੀਆਂ ਗੱਲਾਂ ਆ ਨਵੀਂ ਗੱਲ ਤਾਂ ਕੋਈ ਹੈ ਨਹੀਂ ਉਹੀ ਗੱਲਾਂ ਆ ਕਿ ਉਹ ਥੋੜੇ ਜਿਹਾ ਇਹ ਆ ਕੌਨਸ਼ੀਅਸ ਹੋ ਦੇ ਬਾਰੇ ਕਰਨ ਦੀ ਗੱਲ ਹੈ ਤੇ ਚੇਤੇ ਕਰਾਉਣਾ ਵੀ ਵੱਡੀ ਗੱਲ ਨਹੀਂ ਸੀ ਪੁਲਸ ਜਾਣੇ ਬਹੁਤ ਚੀਜ਼ ਗੱਲਾਂ ਤਾਂ ਉਹੀ ਹੁੰਨੀਆਂ ਜਾ ਕੇ ਹੁਣ ਤੁਸੀਂ ਦੇਖੋ ਆਮ ਸੁਧਾਰਨ ਗੱਲ ਹੈਗੀ ਆ ਬਈ ਬਈ ਝੂਠ ਨਾ ਬੋਲਿਆ ਕਰੋ ਕਿੰਨੀ ਵਾਰ ਲੱਖਾਂ ਹੀ ਵਾਰ ਕਹਿ ਹੋ ਚੁੱਕਾ ਹੁਣ ਇਹ ਫਿਕਰਾ ਜਾ ਕੇ ਜਦ ਕੋਈ ਫਿਰ ਵੀ ਆਪਾਂ ਕਹਿੰਨੇ ਆ ਜਾ ਕੇ ਜਾਂ ਹੋਰ ਕੋਈ ਇਦਾਂ ਦੀ ਗੱਲ ਜਿਹੜੀ ਹੈਗੀ ਸੋਚੀਂ ਜਦੋਂ ਤੁਸੀਂ ਕਹਿਆ ਚੇਤੇ ਕਰਾਉਣ ਵਾਲੀ ਗੱਲ ਹੈਗੀ ਆ ਜੇ ਸੁਣਨ ਵਾਲਿਆਂ ਨੂੰ ਪਤਾ ਸਾਰਿਆਂ ਦਾ ਹੈਗਾ ਤੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਚੇਤੇ ਕਰਾਉਣ ਦੀ ਮਹੱਤਤਾ ਕਿੰਨੀ ਆ ਜਦੋਂ ਕੋਈ ਮੌਤ ਹੁੰਦੀ ਆ ਜਦੋਂ ਕਿਸੇ ਫਿਊਨਰਲ ਹੋਮ ਤੇ ਜਾਂਦੇ ਆ ਜਦੋਂ ਉੱਥੇ ਬੈਠੇ ਹੋਈਦਾ ਮੈਂ ਵੀ ਇੱਥੇ ਬੈਠਾ ਹੁੰਨਾ ਹੋਰ ਵੀ ਲੋਕ ਉਸ ਵੇਲੇ ਜਿਹੜੀ ਮੰਨ ਦੀ ਅਵਸਥਾ ਹੁੰਦੀ ਹੈ ਨਾ ਵੀ ਆਹੀ ਖੇਲ ਆ ਸਾਰਾ ਜ਼ਿੰਦਗੀ ਦਾ ਸਾਰੇ ਲੋਕ ਦੇਖਦੇ ਹੁੰਦੇ ਆ ਵੀ ਆ ਪਿਆਰ ਬੰਦਾ ਜਿਹੜਾ ਬਕਸੇ ਦੇ ਵਿੱਚ ਸਾਡਾ ਯਾਰ ਦੋਸਤ ਰਿਸ਼ਤੇਦਾਰ ਸੀ ਹੀ ਦੁਨੀਆਂ ਦੇ ਵਿੱਚ ਕਿਵੇਂ ਕੀ ਕੁਝ ਕਰਦਾ ਫਿਰਦਾ ਸੀ ਆਹੀ ਹਕੀਕਤ ਹੈ ਜ਼ਿੰਦਗੀ ਦੀ ਉਹ ਯਕੀਨ ਕਰਨਾ ਕਿ ਉਸ ਤੋਂ 5-4 ਦਿਨ ਬਾਅਦ ਕੀਤੇ ਹੋਏ ਫੈਸਲਿਆਂ ਦੇ ਉੱਤੇ ਉਸ ਮੌਦਾ ਅਸਰ ਰੰਦਾ ਤੇ ਜਿਹੜੀ ਉਹ ਯਾਦ ਆਈ ਹੁੰਦੀ ਗੱਲ ਹੈ ਕਿ ਦੁਨੀਆਂ ਜਹਾਨ ਫਾਨੀਆਂ ਇੱਥੋਂ ਚਲੇ ਜਾਣਾ ਐਵੇਂ ਖਾਮ-ਖਾਮ ਨਿੱਕੀ-ਨਿੱਕੀ ਗੱਲਾਂ ਪਿੱਛੇ ਕਸ਼ਮਕਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਪਰ 5-6 ਦਿਨ ਬਾਅਦ ਫਿਰ ਲੋਕ ਭੁੱਲ ਜਾਂਦੇ ਮੇਰੇ ਪੁੱਜਣਾ ਜੀ ਸਾ ਤੁਸੀਂ ਦੇਖਿਆ ਹੋਣਾ ਲਾਈਫ ਦੀਆਂ ਰਿਐਲਿਟੀਜ਼ ਇਤਨਾ ਨਾ ਜਿੱਤੇ ਕਰਾਉਣ ਵਾਲੀ ਆਉਂਦੀ ਹੈ ਜਦੋਂ ਅਸੀਂ ਫੇਸ ਕਰਦੇ ਹਾਂ ਚੇਤੇ ਚਲੋ ਮੈਂ ਹੁਣ ਇਹ ਇਹ ਤੋਂ ਪਹਿਲਾਂ ਸ਼ੁਰੂ ਕਰਦੇ ਗੱਲ ਮੈਨੂੰ ਹੋਰ ਚੇਤੇ ਆ ਗਈ ਹੈ ਜੀ ਹਾਂਜੀ ਇਹ ਕਿਉਂਕਿ ਸਾਡੇ ਜਿਹੜੇ ਸੁਣਨ ਵਾਲੇ ਆ ਇਹ ਸੁਣਨ ਵਾਲਿਆਂ ਚ ਸਪੋਰਟਸਮੈਨ ਵੀ ਕਾਫੀ ਆ ਹਾਂਜੀ ਤੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਕੋਚ ਵੀ ਹੈਗੇ ਆ ਜੀ ਇਹ ਖਾਸ ਤੌਰ ਤੇ ਗੱਲ ਕੋਚਾਂ ਲਈ ਹੈ ਜੀ ਹਮਮ ਮੈਂ ਤੁਹਾਨੂੰ ਦੱਸਦਾ ਜੀ ਐਥਨਸ ਦੇ ਵਿੱਚ ਇੱਕ ਸਟਰੋਂਗ ਮੈਨ ਹੋਇਆ ਉਹਦਾ ਨਾਮ ਸੀ ਮੀਲੋ ਅੱਛਾ ਮੀਲੋ ਮਿੱਲੋ ਉਹ ਬੰਦਾ ਸੀ ਜਿਹਨੇ 6 올림픽ਾਂ ਜਿੱਤੀਆਂ ਜੀ ਇਹ ਉਹ 올림픽ਾਂ ਆ ਜਿਹੜੀਆਂ BC ਵਿੱਚ ਹੁੰਦੀਆਂ ਸੀ ਆ ਮਾਡਰਨ 올림픽 ਹਾਂ ਇਹ ਤਾਂ 1896 ਸ਼ੁਰੂ ਹੋਈਆਂ ਨਾ ਉਹ ਤੋਂ ਪਹਿਲਾਂ ਵੀ ਉੱਥੇ Athens ਵਿੱਚ ਹੁੰਦੀਆਂ ਹੁੰਦੀਆਂ ਸੀ ਉੱਥੋਂ ਹੀ ਸ਼ੁਰੂ ਹੋਈਆਂ ਗ੍ਰੀਸ ਦੇ ਵਿੱਚ ਤੇ ਉਹ 6 ਜਿੱਤਿਆ ਸੀ ਅੱਛਾ ਜੀ ਉਹਦੀ ਇੱਕ ਬੜੀ ਜਿਹੜੀ ਰਿਕਾਰਡਡ ਕਹਾਣੀਆਂ ਇਦਾਂ ਨਹੀਂ ਬਹੁਤੀ વાਰਤ ਜਿਦਾ ਮੈਂ ਕਹਿੰਦਾ ਹੁਣ ਹਿਸਟਰੀ ਦਾ ਪਤਾ ਨਹੀਂ ਹੁੰਦਾ ਕਿੰਨਾ ਸੱਚ ਆ ਕਿੰਨਾ ਨਹੀਂ ਸੱਚ ਇਹਦੇ ਵਿੱਚ ਕਾਫੀ ਰਾਈਟਰਾਂ ਨੇ ਇਹ ਰਿਕਾਰਡ ਕੀਤਾ ਹੈ ਉਹ ਇਹ ਕਹਿੰਦੇ ਜੀ ਵੀ ਜਿਸ ਵੇਲੇ ਮਿੱਲੋ 18 ਸਾਲਾਂ ਦਾ ਸੀਗਾ ਤੇ ਉਸ ਵੇਲੇ ਉਹਨਾਂ ਦੇ ਘਰ ਇੱਕ ਗਾਂ ਸੂਈ ਜੀ ਗਾਂ ਨੇ ਬੱਚਾ ਦਿੱਤਾ ਹੂੰ ਗਾਂ ਨੇ ਬੱਚਾ ਦਿੱਤਾ ਤਾਂ ਬੱਚਾ ਜਿਸ ਨੂੰ 3-4 ਦਿਨ ਹੋਇਆ ਹੂੰ ਤੇ ਮਿੱਲੋ ਦਾ ਡੈਡੀ ਉਹਨੂੰ ਕਹਿੰਦਾ ਵੀ ਤੂੰ ਇਹ ਚੱਕ ਸਕਦਾ ਇਹਨੂੰ ਹੂੰ ਉਹ ਕਹਿੰਦਾ ਚੱਕ ਸਕਦਾ ਜੀ 18 ਸਾਲ ਦਾ ਜਵਾਨ ਤੱਕੜਾ ਸੀ ਉਹ ਕਹਿੰਦਾ ਚੱਕ ਮਿੱਲੂ ਨੇ ਜੀ ਉਹ ਬੱਚੇ ਦੇ ਹਟਾ ਟੇਡ ਦੇ ਸਿਰ ਦੇ ਕੇ ਮੋਰਲੀ ਬਹਾਨੂੰ ਮੋਰਲ ਰਤਨ ਨੂੰ ਮਾਪਾਈ ਉਹ ਪਾਈ ਚੱਕ ਲਿਆ ਉਹ ਚੱਕ ਕੇ ਉਹਦਾ ਡੈਡੀ ਕਹਿੰਦਾ ਘਰ ਦੇ ਤੋਂ ਵਾਲੇ ਢੇੜਾ ਦੇ ਉਹ ਢੇੜਾ ਦੇ ਦਿੱਤਾ ਜੀ ਉਹ ਕੁਛ ਦਿਨ ਚੱਕਦੇ ਰਹੇ ਫਿਰ ਪੰਜਾ ਚੌ ਦਿਨਾਂ ਬਾਅਦ ਉਹ ਕਹਿੰਦਾ ਉਹਨਾਂ ਦਿਨ ਸਟੇਡੀਅਮ ਬਣਿਆ ਉਹ ਸੇਥੀ ਉਹ ਕਹਿੰਦਾ ਸਟੇਡੀਅਮ ਦਾ ਢੇੜਾ ਦੇ ਉਹ ਕਹਿੰਦਾ ਠੀਕ ਹੈ ਉਹ ਕਹਿੰਦਾ ਤੈ ਹੁਣ ਰੋਜ਼ ਸਵੇਰੇ ਉੱਠ ਕੇ ਇਹਦਾ ਢੇੜਾ ਦੇਣਾ ਉਹ ਜਿਹੜਾ ਹੈਗਾ ਮਿੱਲੋ ਦਾ ਕੰਮ ਸੀ ਰੋਜ਼ ਸਵੇਰ ਨੂੰ ਉੱਠਣਾ ਜੀ ਉਹਦੇ ਉਦੋਂ ਕਰਦਣੇ ਠਾਂ ਦੇ ਕੇ ਉਹਨੂੰ ਚੱਕਣਾ ਤੇ ਬੱਚੇ ਦਾ ਕਿਹੜਾ ਦੇਣਾ ਜੀ ਅੱਛਾ ਜੀ ਅੱਛਾ ਉਹ ਹੌਲੀ ਹੌਲੀ ਬੱਚਾ ਵੀ ਬਹੁਤ ਵੱਡਾ ਦੋ ਤਿੰਨ ਸਾਲਾਂ ਦੇ ਬਾਅਦ ਉਹ ਸਾਨ ਬਣ ਗਿਆ ਜੀ ਤਾਂ ਮਿੱਲੋ ਵੀ ਮੀਹਾਂ ਸਾਲਾਂ ਦਾ ਹੋ ਗਿਆ ਜੀ ਮਿੱਲੋ ਫੇ ਉਦਦੇ ਜਿਹੜਾ ਦਿਆ ਕਰੇ ਚੱਕ ਲੈ ਕਰੇ ਚੱਕ ਲੈ ਕਰੇ ਕਿਉਂਕਿ ਉਹ ਤਾਂ ਉਹ ਨੂੰ ਨੂੰ ਮੂਮੇ ਨਾ ਜੀ ਕਿਉਂਕਿ ਰੋਜ਼ ਚੱਕਦਾ ਸੀ ਜੀ ਉਹ ਜਿਆ 올림픽 ਹੋਈ ਨਾ ਜੀ 올림픽 ਦੇ ਵਿੱਚ ਉਹਦੇ ਡੈਡੀ ਨੇ ਕੀ ਕੀਤਾ ਜੀ ਸਟੇਡੀਅਮ ਦੇ ਵਿੱਚ ਲਿਆ ਕੇ ਉਹ ਸਾਨ ਖੜਾ ਕਰਤਾ ਹੂੰ ਤੇ ਨਾਲ ਉਹਨਾਂ ਨੂੰ ਅਨਾਊਂਸ ਕਰਵਾਇਆ ਕਿ ਕੋਈ ਸਾਰੇ ਇੱਥੇ ਹਾਂ ਕੋਈ ਸਾਨ ਨੂੰ ਚੱਕ ਕੇ ਗੇੜਾ ਦੇਵੇ ਉਹ ਸਾਰੇ ਕਹਿੰਦੇ ਜਾ ਕੇ ਜੀ ਵੀ ਕੀ ਕਿਦਾ ਹੋ ਸਕਦਾ ਪੋਸੀਬਲ ਹੀ ਨਹੀਂ ਇਹ ਕਿਦਾ ਉਹ ਕਹਿੰਦੇ ਮੇਰਾ ਮੁੰਡਾ ਲੱਭ ਜੀ ਮਿਲੋ ਗਿਆ ਜੀ ਉਹ ਸਾਨ ਵੀ ਗਿੱਜਿਆ ਸੀ ਸਾਨ ਨੇ ਵੀ ਕੋਈ ਰੌਲਾ ਨਹੀਂ ਪਾਇਆ ਕਿ ਕੋਈ ਰੋਜ ਹੁੰਦਾ ਜੀ ਤਦ ਮਿਲੋ ਨੇ ਚੱਕਿਆ ਜੀ ਉਹਦਾ ਗੇੜਾ ਦੇ ਸਾਰੇ ਸਟੇਡੀਅਮ ਪਰ ਹੁਣ ਤੱਕ ਉਹ ਗੱਲ ਯਾਦ ਹੈ ਹੁਣ ਉਹ ਕੋਚਾਂ ਲਈ ਇਹਦੇ ਵਿੱਚ ਇਹ ਗੱਲ ਆ ਜੀ ਕਿ ਜਿਸ ਕੋਚ ਨੂੰ ਸਟੈਡੀ ਲੋਡ ਦੇਣਾ ਆਉਂਦਾ ਆਪਣੇ ਦੂਏ ਦੇ ਉੱਤੇ ਕਿ ਕਿਦਾਂ ਲੋਡ ਦੇਣਾ ਆਪਣੇ ਟ੍ਰੇਨੀ ਦੇ ਉੱਤੇ ਇੱਕਦਮ ਤੁਸੀਂ ਕਹੋ ਚੱਕ ਦੋਗੇ ਤਾਂ ਫਿਰ ਉਹ ਉਹ ਨਹੀਂ ਹੋ ਸਕਦਾ ਜੇ ਉਹਨੂੰ ਆਉਂਦਾ ਹੌਲੀ 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 ਤਾਂ ਕੋਈ ਕੁਝ ਵੀ ਕੀਤਾ ਜਾ ਸਕਦਾ ਕੁਝ ਵੀ ਉਹਨੂੰ ਤਕੜਾ ਕੀਤਾ ਜਾ ਸਕਦਾ ਜੇ ਕੋਚ ਨੂੰ ਲੋਡ ਦੇਣਾ ਆਉਂਦਾ ਕਿ ਕਿਦਾਂ ਲੋਡ ਦੇਣਾ ਮੈਂ ਜਿਹੜਾ ਮੇਰਾ ਹੈ ਜਿਹਨੂੰ ਮੈਂ ਟ੍ਰੇਨ ਕਰ ਰਿਹਾ ਇਹਨੂੰ ਕਿਦਾਂ ਲੋਡ ਦੇਣਾ ਹੌਲੀ ਹੌਲੀ ਲੋਡ ਦੇ ਕੇ ਦੇਖੋ ਉਹਨੂੰ ਕਿੱਥੇ ਤੱਕ ਲੈ ਗਿਆ ਇਹ ਇੱਕ ਕਹਾਣੀ ਐ ਸਹੀ ਐ ਬਸ ਸੱਚ ਸੱਚ ਹਾਂ ਤੇ ਚਲੋ ਫੇਰ ਗਾਹਾਂ ਥੋੜਾ ਜਿਹਾ ਮੀਲੋ ਦਾ ਫੇਰ ਜਿਹੜਾ ਅੰਤ ਹੋਇਆ ਉਹ ਤਾਂ ਇਦਾਂ ਹੋਇਆ ਜੀ ਵੀ ਉਹ ਜੰਗਲ ਦੇ ਵਿੱਚ ਗਿਆ ਖਵਾੜਾ ਲੈ ਕੇ ਦਰਖਤ ਬੜਾ ਸਾਰਾ ਵੱਡਣ ਨੂੰ ਜੀ ਉਹ ਦਰਖਤ ਤੇ ਮਾਰਿਆ ਜੀ ਉਹ ਖਵਾੜਾ ਤੇ ਉਹ ਦਰਖਤ ਥੋੜੇ ਜਿਹਾ ਡਿਗਿਆ ਨਾ ਤੇ ਉਹ ਮੀਲੋ ਇਹ ਦੇਖਣ ਚਲੇ ਗਿਆ ਜੀ ਮੀਲੋ ਨੇ ਹੱਥ ਦੇ ਤਾ ਵਿੱਚ ਉਹਦੇ ਦੇ ਉਹ ਡਰਕ ਤੋਂ ਪਰੋਂ ਉਹ ਜਿਹੜਾ ਹੈਗਾ ਉਸ ਪਾਸੇ ਨੂੰ ਡਿੱਗ ਪਿਆ ਉਹਨਾਂ ਕਿ ਜੀ ਵਿੱਚ ਆ ਗਿਆ ਉਹ ਹੱਥ ਵਿੱਚ ਹੋ ਗਿਆ ਤੇ ਉਹ ਫੇ ਮਿੱਲੋ ਨੂੰ ਉੱਥੇ ਫੇ ਜੰਗਲ 'ਚ ਰਾਤ ਨੂੰ ਬਘੇੜਾਂ ਨੇ ਖਾ ਲਿਆ ਜੀ ਅੱਛਾ ਇਹ ਮਿੱਲੋ ਦਾ ਇਹ ਮਿੱਲੋ ਦਾ ਟਾਈਮ ਹੈਗਾ ਕੋਈ 500 ਬੀ.ਸੀ. ਕਿਤੇ ਕਹਿ ਸਕਦੇ ਹਾਂ ਮਹਾਤਮਾ ਬੁੱਧ ਦੇ ਟਾਈਮ ਦੇ ਨੇੜੇ ਤੇੜੇ ਹੈਗਾ ਸੋਕਰੇਟ ਹੋਣਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਸੋ ਇਹ ਤਾਂ ਮਿੱਲੋ ਦੀ ਗੱਲ ਸੀ ਅੱਛਾ ਦੂਸਰੀ ਇਹ ਵੀ ਗੱਲ ਦੱਸੋ ਹੁਣ ਵੀ ਆ ਜੋ ਮਹਾਮਾਰੀ ਹੋਈ ਹੈ ਬਸ ਉਸ ਦਾ ਪ੍ਰਭਾਵ ਪਰ ਆਹਾਂ ਤੇ ਰਿਲੇਸ਼ਨਸ਼ਿਪਸ ਦੇ ਮੇਰਾ ਖਿਆਲ ਆ ਵੀ ਮਾਨਸਿਕ ਤੌਰ ਤੇ ਉਤੇ ਵੀ ਲੋਕਾਂ ਦੇ ਉਤੇ ਪਿਆ ਤਨ ਸਾ ਮੇਰਾ ਖਿਆਲ ਆ ਤੁਸੀਂ ਪਹਿਲਾਂ ਇਹ ਕਹੀ ਸੀ ਕਿ ਇਹ ਇਹਦੀਆਂ ਗੱਲਾਂ ਕਰ ਕਰਕੇ ਹੁਣ ਬਸ ਹੋਈ ਹੋਈ ਸਾਰਿਆਂ ਨੇ ਫਿਰ ਵੀ ਜੀ ਬਸ ਤਾਂ ਹੋਈ ਹੋਈ ਹੈ ਪਰ ਫਿਰ ਵੀ ਕੋਈ ਨਹੀਂ ਹੈਗਾ ਜੀ ਪੈਂਦਾ ਇਹ ਕਿਦਾਂ ਆਪਾਂ ਰੋਕ ਸਕਦੇ ਇਹਨੂੰ ਗਾਲ ਜਿਹੜੀ ਬਿਲਕੁਲ ਸਾਰੀ ਦੁਨੀਆ ਨੂੰ ਜਿਸ ਚੀਜ਼ ਨੇ ਠੋਕੇ ਰੱਖ ਦਿੱਤਾ ਬੜੇ ਬੜੇ ਮਹਾਨ ਯੋਧਿਆਂ ਦੀ ਮੁਲਕਾਂ ਦੀਆਂ ਗੋਡਣੀਆਂ ਲਵਾ ਕੇ ਰੱਖ ਦਿੱਤੀਆਂ ਜਾ ਕੇ ਹੈ ਤਾਂ ਸਹੀ ਜਾ ਕੇ ਕੋਈ ਸ਼ੱਕ ਵਾਲੀ ਗੱਲ ਨਹੀਂ ਅੱਛਾ ਇਹਦੇ ਨਾਲੇ ਚਲੋ ਰੱਖਿਆ ਮੇਰੇ ਇੱਕ ਮਨ ਦੇ ਵਿੱਚ ਹੋਰ ਗੱਲ ਆਈ ਜੀ ਮੈਂ ਇਹ ਕਹਿੰਦਾ ਸੀ ਅੱਜ ਦੀ ਗੱਲ ਥੋੜੀ ਜਿਹੀ ਮੈਂ ਇਹ ਕਰਨੀ ਚਾਹੁੰਦਾ ਸੀ ਤੇ ਹਰ ਇਨਸਾਨ ਇਨਕਲੂਡਿੰਗ ਮਾਈਸੈਲਫ ਮੈਂ ਤਾਂ ਮੈਂ ਤਾਂ ਕਰਦਾ ਏ ਠੀਕ ਹੈ ਆਪਣੀਆਂ ਉਹਨੂੰ ਕਮੀਆਂ ਜ਼ਰੂਰ ਦੇਖਣੀਆਂ ਚਾਹੀਦੀਆਂ ਹੂੰ ਆਪਣੇ ਔਰ ਦਿਲ ਦੀ ਦੇਖਣੀਆਂ ਚਾਹੀਦੀਆਂ ਰੋਜ਼ ਰਾਤ ਨੂੰ ਥੋੜੀ ਜਿਹੀ ਉਹਤੇ ਨਿਗਾਹ ਮਾਰਨ ਵਾਲੀ ਹੈ ਕਿ ਮੇਰੇ ਚ ਕਮੀਆਂ ਕੀ ਹੈ ਔਰ ਉਹ ਇੱਕ ਮੈਂ ਤੁਹਾਨੂੰ ਦੱਸਾਂ ਜਿਸ ਵੇਲੇ ਸਾਨੂੰ ਸਾਡੀ ਕਮੀ ਕਿਸੇ ਹੋਰ ਨੇ ਦੱਸਣੀ ਆ ਅਸੀਂ ਬੁਰਾ ਮਨਾਉਣਾ ਅਸੀਂ ਉਹ ਫੀਲ ਗੁੱਡ ਨਹੀਂ ਕਰਦੇ ਜੇ ਆਪ ਲੱਭ ਕੇ ਫਿਕਸ ਕਰੋ ਕਿ ਆਪ ਅਸੀਂ ਆਪਣੇ ਮਨ ਦੇ ਵਿੱਚ ਦੇਖ ਕੇ ਉਹਦਾ ਕਰਨ ਲੱਗ ਪਈਏ ਅ ਉਹ ਇਹ ਸੋਚ ਕਰਨ ਲੱਪੇ ਤੋ ਠੀਕ ਹੈ ਜਿੱਦਾਂ ਹੁਣ ਰੇਸ਼ੇਖ ਸਾਦੀ ਨੇ ਵੀ ਇੱਕ ਵਾਰ ਕਿਹਾ ਉਹ ਕਹਿੰਦਾ ਅ ਜਿਹੜਾ ਅਕਲਮੰਦ ਆਪਣੀ ਕਮੀਆਂ ਆਪ ਦੇਖਦਾ ਬੇਵਕੂਫ ਦੀਆਂ ਕਮੀਆਂ ਨੂੰ ਲੋਕ ਦੱਸਦੇ ਵੀ ਤੇਰੇ ਚ ਐ ਕਮੀਆਂ ਸੋ ਬੈਟਰ ਹੈ ਆਪੇ ਆਪਣੇ ਦੀ ਦੇਖ ਲਿਆ ਜਾਵੇ ਵੀ ਮੇਰੇ ਵਿੱਚ ਜਿਹੜੀ ਹੈਗੀ ਆ ਆਹ ਕਮੀਆਂ ਔਰ ਇਹਨੂੰ ਮੈਂ ਕਿਦਾਂ ਰਿਮੂਵ ਕਰਨਾ ਦੇਖੋ ਥਨ ਥਨ ਸਾਹਿਬ ਇੱਕ ਗੱਲ ਪੱਕੀ ਆ ਵੀ ਮੈਂ ਕੀ ਆ ਉਹ ਮੈਨੂੰ ਹੀ ਪਤਾ ਹੈ ਅਸਲ ਅਸਲ ਮੇਰਾ ਮੈਕੀਆ ਤੁਸੀਂ ਜਿਹੜਾ ਹੈਗਾ ਮੈਨੂੰ ਜੱਜ ਕਰਨਾ ਜਾਂ ਸੁਣਨ ਵਾਲਿਆਂ ਨੇ ਜੱਜ ਕਰਨਾ ਉੱਥੇ ਹੀ ਕਰਨਾ ਜੋ ਮੈਂ ਬੋਲਦਾ ਜਾਂ ਮੈਂ ਜੋ ਕਰਦਾ ਐਕਸ਼ਨ ਐਕਸ਼ਨ ਤੋਂ ਜਾਂ ਬੋਲਰ ਤੋਂ ਜੱਜ ਕਰਨਾ ਪਰ ਮੈਂ ਅਸਲ ਵਿੱਚ ਕੀ ਆ ਉਹ ਮੈਨੂੰ ਹੀ ਪਤਾ ਉਹ ਕੋਈ ਉਹ ਮੈਂ ਅਸਲ ਬਾਹਰ ਨਹੀਂ ਕੱਢਦਾ ਕਿਉਂਕਿ ਜਾਂ ਮੈਂ ਉਹਨਾਂ ਕੋਈ ਕਰਦਾ ਜਿੰਨਾਂ ਨੂੰ ਮੈਨੂੰ ਪਤਾ ਲੱਗੇ ਵੀ ਇੰਨਾ ਕੱਢਣ ਦੇ ਨਾਲ ਤੇ ਬਹੁਤੇ ਟਟਾ ਨਹੀਂ ਵੱਜੂਗੀਆਂ ਤੇਰੇ ਨੁਕਸਾਨ ਨਹੀਂ ਹੋਣਾ ਸੋ ਅਸਲ ਕੀ ਆ ਅਸਲ ਮੇਰਾ ਮੈਨੂੰ ਹੀ ਪਤਾ ਅਸਲ ਬੰਦੇ ਨੂੰ ਹੀ ਪਤਾ ਹੁੰਦਾ ਆਪਣਾ ਸੋ ਇਸ ਕਰਕੇ ਉਹ ਆਪਣੇ ਅਸਲ ਨੂੰ ਜਾਣ ਕੇ ਉਹਦੇ ਵਿੱਚ ਸੋਚ ਕਰਨ ਦੀ ਕੁਝ ਲੋੜ ਹੈਗੀ ਆ ਹੁਣ ਮੈਂ ਦੱਸਦਾ ਜੀ ਹੁਣ ਆਪਾਂ ਪਰਿਵਾਰ ਵਿੱਚ ਹੀ ਰਹਿੰਦੇ ਆ ਇਹ ਦੇਖਣ ਦੀ ਲੋੜ ਹੈਗੀ ਹੈ ਜਾ ਕੇ ਸੋਚ ਕੇ ਬੈਠਾ ਆਦਮੀ ਸੋਚੇ ਪਈ ਐਮ ਆਈ ਐ ਗੁੱਡ ਫਾਦਰ ਪੱਕੀ ਮੈਂ ਇੱਕ ਚੰਗਾ ਬਾਪ ਐ ਚੰਗੇ ਬਾਪ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੇ ਮਹੌਰੀਆਂ ਚਾਹੀਦੀਆਂ ਅਸੀਂ ਜੇ ਕਿ ਮੈਂ ਨਿਵਾਰੇ ਨਿਵਾਰਿਆ ਜਾਂ ਮੈਂ ਨਿਭਾਈਆਂ ਜਾਂ ਇਸੇ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਐਮ ਆਈ ਐ ਗੁੱਡ ਸਨ ਪੇ ਕੀ ਮੈਂ ਚੰਗਾ ਬੇਟਾ ਹਾਂ ਮੈਂ ਆਪਣੇ ਮਾਪੇ ਦੇ ਨਾਲ ਜਿੱਦਾਂ ਮੈਨੂੰ ਵਰਤਾ ਕਰਨਾ ਚਾਹੀਦਾ ਸੀ ਮੈਂ ਉਹਦਾ ਕੀਤਾ ਜੈ ਮੈਂ ਆ ਯੂ ਗੁੱਡ ਹਸਬੈਂਡ ਮੈਂ ਚੰਗਾ ਪਤੀ ਹਾਂ ਯੂ ਮੈਨੂੰ ਚੰਗਾ ਪਤੀ ਹੋਣਾ ਚਾਹੀਦਾ ਸੀ ਮੈਂ ਉਹਦਾ ਹੈ ਇਦਾਂ ਹੀ ਪਤਨੀ ਨੂੰ ਪੇ ਕੀ ਮੈਂ ਚੰਗੀ ਪਤਨੀ ਹੈਗੀ ਇਹ ਜੇ ਬੈਠ ਕੇ ਦਿਖੇ ਰਾਤ ਨੂੰ ਕੱਲਾ ਬੈਠ ਕੇ ਆਦਮੀ ਸੋਚੇ ਇਹਦੇ ਉੱਤੇ ਤਾਂ ਇਹ ਰਿਲੇਸ਼ਨਸ ਨੂੰ ਠੀਕ ਕਰਨ ਦੇ ਵਿੱਚ ਕਾਫੀ ਮਦਦ ਮਿਲ ਸਕਦੀ ਹੈ ਮੇਰੇ ਖਿਆਲ ਕੋਈ ਰਿਲੇਸ਼ਨ ਠੀਕ ਕਰਨ ਚ ਨਹੀਂ ਪਰ ਸਰ ਵੈਸੇ ਵੀ ਤੁਹਾਡੇ ਆਪਣੇ ਜ਼ਾਤੀ ਵਿਕਾਸ ਲਈ ਉੜੀ ਆਪਣੀ ਪਰਸਨੈਲਿਟੀ ਦੇ ਵਿਕਾਸ ਲਈ ਵੀ ਇਹ ਗੱਲ ਬਹੁਤ ਵਧੀਆ ਹੈ ਬਿਲਕੁਲ ਬਿਲਕੁਲ ਵਧੀਆ ਜੀ ਜੇ ਤੁਸੀਂ ਦੇਖੋ ਦੇਖੋ ਥਿੰਦ ਸਾਹਿਬ ਜਿਸ ਵੇਲੇ ਦੇ ਕਮੀ ਸਾਨੂੰ ਪਤਾ ਲੱਗਣਾ ਸਾਡਾ ਵਿਕਾਸ ਤਾਂ ਹੀ ਹੋਣਾ ਹੂੰ ਜੇ ਸਾਨੂੰ ਕਮੀ ਦਾ ਪਤਾ ਨਹੀਂ ਲੱਗਾ ਨਾ ਜੀ ਫਿਰ ਸਾਡਾ ਵਿਕਾਸ ਨਹੀਂ ਹੋਣਾ ਜੇ ਮੈਨੂੰ ਇਦਾਂ ਹੀ ਲੱਗਦਾ ਰਿਹਾ ਕਿ ਕਸ਼ਮੀਰ ਦੇ ਤੋਂ ਬਹੁਤ ਵਧੀਆ ਬੰਤੇ ਆ ਤੇਰੇ ਗੱਲੇ ਕੁਝ ਨਹੀਂ ਤਿੰਤੋਂ ਤਾਂ ਤਾਂ ਉਹ ਉਹਦੇ ਨਾਲ ਤਰੱਕੀ ਨਹੀਂ ਹੋਣੀ ਸਰ ਥਿੰਦ ਸਾਹਿਬ ਦੇਖੋ ਆ ਜਿਹੜੀ ਗੱਲ ਮੈਂ ਕਰਦਾ ਆ ਇਹ ਤਾਂ ਮੈਂ ਉਹੀ ਉਹ ਜੋ ਮੈਨੂੰ ਪਹਿਲਾਂ ਹੀ ਆਉਂਦਾ ਮੈਂ ਉਹੀ ਰਿਪੀਟ ਕਰ ਰਿਹਾ ਜੀ ਮੈਂ ਕੋਈ ਨਮੀ ਗੱਲ ਥੋੜਾ ਕਰ ਰਿਹਾ ਜਿਹੜੀ ਮੈਨੂੰ ਆਉਂਦੀ ਹੈ ਉਹ ਮੈਂ ਰਿਪੀਟ ਕਰ ਰਿਹਾ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਇਹ ਇੱਕ ਇਟਾਲੀਅਨ ਬੁੱਤ ਘਾੜਾ ਹੋਇਆ ਜੀ ਅੱਛਾ ਜੀ ਉਹਦਾ ਨਾਮ ਤਾਂ ਮੈਨੂੰ ਯਾਦ ਨਹੀਂ ਹੈ ਕੌਣ ਸੀਗਾ ਮੇਰੇ ਆਈ ਡੋਟ ਨੋ ਐਨੀਵੇ ਪੁਰਾਣੀ ਗੱਲ ਹੈ ਇਟਾਲੀਅਨ ਬੁੱਤ ਘਾੜੇ ਨੇ ਜੀ ਇੱਕ ਬੁੱਤ ਬਣਾਇਆ ਉਹ ਬੁੱਤ ਬਣਾ ਕੇ ਉਹਨ ਬਾਦਸ਼ਾਹ ਦੇ ਪੇਸ਼ ਕੀਤਾ ਹਮ ਤੇ ਬਾਦਸ਼ਾਹ ਨੇ ਉਹਨੂੰ ਕਿਹਾ ਪੇ ਇਹ ਤਾਂ ਬਹੁਤ ਬਹੁਤ ਵਧੀਆ ਹੈ ਤੇ ਉਹਨਾਂ ਨੂੰ ਪੈਸੇ ਦਿੱਤੇ ਪਿੱਤੇ ਇੱਕ ਵਧੀਆ ਬੁੱਤ ਬਣਾਇਆ ਤੇ ਆ ਆ ਉਹਦੇ ਪੈਸੇ ਲੈ ਉਹ ਚਲੇਗਾ ਜੀ ਉਹ 6 ਮਹੀਨੇ ਇੱਕ ਹੋਰ ਬੁੱਤ ਬਣਾ ਲਿਆ ਜੀ ਅੱਛਾ ਹਾਂ ਉਹ ਜਿਹੜਾ ਬੁੱਤ ਸੀਗਾ ਉਹ ਉਹ ਤੋਂ ਵੀ ਵਧੀਆ ਸੀ ਜੀ ਉਹ ਬਾਦਸ਼ਾਹ ਕਹਿੰਦਾ ਇਹ ਤਾਂ ਉਹ ਤੋਂ ਵੀ ਬਹੁਤ ਵਧੀਆ ਬੁੱਤ ਹੈਗਾ ਜਾ ਕੇ ਇਹ ਤਾਂ ਦੇਖ ਤਾ ਕਮਾਲ ਕਰ ਦਿੱਤੀ ਉਹ ਉਹਦਾ ਨਾਮ ਦੇਤਾ ਉਹ ਚਲੇ ਗਿਆ ਜੀ ਚਲੇ ਜਾਣ ਤੋਂ ਬਾਅਦ 1 ਸਾਲ 1.5 ਸਾਲ ਦੇ ਬਾਅਦ ਉਹ ਇੱਕ ਹੋਰ ਬੁੱਤ ਬਣਾ ਲਿਆ ਜੀ ਅੱਛਾ ਉਹ ਦੋ ਤਿੰਨ ਵਾਰੇ ਬੁੱਤ ਬਣਾ ਲਿਆ ਜੀ ਤਾਂ ਫੇਰ ਅੰਤ ਵਿੱਚ ਇੱਕ ਉਹਨਫੇ ਬੁੱਤ ਇਦਾਂ ਦਾ ਬਣਾਇਆ ਜੀ ਜਿਹੜਾ ਚੁੰਧਿਆ ਦਿੱਤੀ ਅੱਖਾਂ ਸਾਰਿਆਂ ਦੀ ਉਹ ਸ਼ਾਹਕਾਰ ਬਣਾਤਾ ਜੀ ਤੇ ਉਹ ਬਾਦਸ਼ਾ ਨੇ ਫਿਰ ਉਹਨੂੰ ਇਹ ਕਿਹਾ ਪੇ ਆਹ ਤਾਂ ਚੀਜ਼ ਕਦੇ ਦੇਖੀ ਨਹੀਂ ਹੈ ਤੂੰ ਜੋ ਮੰਗਲਾ ਮੈਂ ਤੈਨੂੰ ਦੇ ਦੇਣਾ ਹੂੰ ਇਹ ਜਿਹੜਾ ਬੁੱਤ ਹੈਗਾ ਤੂੰ ਇਹ ਇਹਦਾ ਹੋਈ ਨਹੀਂ ਅਨਪੈਰਲਡ ਹਿਸਟਰੀ ਚ ਕਦੇ ਹੋਈ ਨਹੀਂ ਗੱਲ ਪੇ ਇਹ ਇਹ ਜੋ ਮੰਗਲਾ ਜੀ ਤੈਨੂੰ ਮੈਂ ਉਹ ਦੇ ਦੇਣਾ ਉਹ ਜਿਹੜਾ ਉਹ ਰੋਣ ਲੱਪਿਆ ਜੀ ਹੂੰ ਉਹ ਬੁੱਤ ਘੜਾ ਰੋਣ ਲੱਪਿਆ ਤੇ ਉਹ ਬਾਦਸ਼ਾ ਨੇ ਕਿਹਾ ਪੇ ਤੂੰ ਰੋਂਦਾ ਕਿਉਂ ਆ ਉਹ ਕਹਿੰਦਾ ਰੋਂਦਾ ਮੈਂ ਇਸ ਕਰਕੇ ਆ ਪੇ ਮੈਨੂੰ ਇਹ ਚ ਕੋਈ ਕਮੀ ਨਹੀਂ ਦਿਸਦੀ ਹੂੰ ਬਾਦਸ਼ਾ ਕਹਿੰਦਾ ਰੋਣ ਵਾਲੀ ਫੇਰ ਕੀ ਗੱਲ ਉਹ ਕਹਿੰਦਾ ਰੋਣ ਵਾਲੀ ਗੱਲ ਇਹ ਆ ਪੇ ਮੇਰਾ ਵਿਕਾਸ ਰੁਕ ਗਿਆ ਹਾਂ ਹੁਣ ਮੈਨੂੰ ਵਿੱਚ ਕੋਈ ਕਮੀ ਨਹੀਂ ਦਿਸੀ ਹੁਣ ਮੇ ਤੁ ਤਰੱਕੀ ਨਹੀਂ ਹੋਈ ਹੋਣੀ ਹੁਣ ਮੈਂ ਰੁਕ ਗਿਆ ਇੱਥੇ ਕਿਉਂਕਿ ਮੈਨੂੰ ਕੋਈ ਨੁਕਸਾਨ ਨਹੀਂ ਦਿਸਦਾ ਤਰੱਕੀ ਮੇਰੀ ਮੇਰਾ ਵਿਕਾਸ ਹੁਣੇ ਹੀ ਹੋਣਾ ਜਿਸ ਵੇਲੇ ਮੈਨੂੰ ਕੋਈ ਕਮੀ ਮਹਿਸੂਸ ਹੋਵੇ ਆਪਣੀ ਜਗ੍ਹਾ ਹੁਣ ਇਹ ਬੁੱਤ ਚ ਕਮੀ ਦਿਸਦੀ ਨਹੀਂ ਕੋਈ ਇਸ ਕਰਕੇ ਦੈਟਸ ði ਐਂਡ ਸੋ ਇਹ ਕਹਿੰਦਾ ਖੁਸ਼ੀ ਵਾਲੀ ਗੱਲ ਈ ਮੇਰੇ ਲਈ ਬੜੀ ਨੰਮੂਸੀ ਵਾਲੀ ਗੱਲ ਮੇਰਾ ਵਿਕਾਸ ਰੁਕ ਗਿਆ ਮੇਰਾ ਵਿਕਾਸ ਰੁਕ ਗਿਆ ਜਾ ਕੇ ਕਿਉਂਕਿ ਮੈਨੂੰ ਕਮੀ ਨਹੀਂ ਦਿਸਦੀ ਉਹ ਇਦਾਂ ਹੀ ਜਿੱਦਾਂ ਤੁਸੀਂ ਇਹ ਗੱਲ ਕੀਤੀ ਇਹਦਾ ਜੀ ਤੁਹਾਡੇ ਇਹ ਬੰਦੇ ਦੇ ਦੂਜੀਆਂ ਗੱਲਾਂ ਚ ਵੀ ਇਦਾਂ ਹੀ ਹੈ ਜੇ ਉਹਨੂੰ ਆਪਣੇ ਕਮੀਆਂ ਜਾਂ ਆਪਣੇ ਨੁਕਸ ਜਾਂ ਆਪਣੀਆਂ ਜ਼ਿਆਤੀਆਂ ਜਿਹੜੀਆਂ ਉਹ ਕਰਦਾ ਉਹ ਉਹਨੂੰ ਨਿਗਾਹ 'ਚ ਨਾ ਆਈਆਂ ਤਾਂ ਫਿਰ ਉਹਦਾ ਵਿਕਾਸ ਨਹੀਂ ਹੋਣਾ ਜੇ ਉਹਨੂੰ ਸਦਾ ਇਦਾਂ ਹੀ ਲੱਗਦਾ ਰਿਹਾ ਵੀ ਮੈਂ ਤਾਂ ਬਹੁਤ ਠੀਕ ਹਾਂ ਮੈਂ ਤਾਂ ਬਹੁਤ ਠੀਕ ਹਾਂ ਜੇ ਉਹ ਫਰਜ਼ ਕਰ ਲਓ ਅਸੀਂ ਬੈਠ ਕੇ ਥੋੜਾ ਜਿਹਾ ਦੇਖਦੇ ਆ ਜਾ ਕੇ ਅ ਕੱਲੇ ਬੈਠ ਕੇ ਕੱਲੇ ਬੈਠ ਕੇ ਸੋਚ ਲੈਣੇ ਆ ਜਾ ਕੇ ਭੇ ਭਈ ਉਹ ਪੇ ਮੈਂ ਅੱਜ ਕੀ ਕੀ ਕੀਤਾ ਪਰ ਸਰ ਹੋ ਪਤਾ ਕੀ ਰੈ ਪ੍ਰੈਕਟੀਕਲੀ ਇਹ ਜਿਹੜੀ ਸਿਧਾਂਤਕ ਤੌਰ ਤੇ ਗੱਲ ਤੁਹਾਡੀ ਠੀਕ ਆ ਹਾਂਜੀ لیکن عام طور تے ਸਾਡੇ ਜਿਹੜੇ ਐਕਸ਼ਨਸ ਨੇ ਜਦੋਂ ਅਸੀਂ ਕੋਈ ਐਕਸ਼ਨ ਕਰਦੇ ਆ ਤਾਂ ਪਹਿਲਾਂ ਮਨ ਸੋਚਦਾ ਤੇ ਫਿਰ ਉਸ ਤੋਂ ਬਾਅਦ ਅਸੀਂ ਸਮਝਦੇ ਆ ਕਿ ਇਹ ਜਸਟੀਫਾਈਡ ਐਕਸ਼ਨ ਆ ਜਸਟੀਫਾਈਡ ਐਕਸ਼ਨ ਆ ਜਦੋਂ ਤੁਸੀਂ ਆਪ ਪਹਿਲਾਂ ਸੋਚ ਵਿਚਾਰ ਕੇ ਜਸਟੀਫਾਈਡ ਐਕਸ਼ਨ ਕਰ ਵੀ ਦਿੱਤਾ ਜਿਹੜਾ ਕਿ ਹੋ ਸਕਦਾ ਦੂਜੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਉਹ ਪਾਪ ਹੋਵੇ ਉਹ ਬੁਰਾ ਹੋਵੇ ਦੁਖਦਾਈ ਹੋਵੇ ਲੇਕਿਨ ਤੁਸੀਂ ਜਸਟੀਫਾਈਡ ਆਪਣੇ ਆਪ ਐਕਸ਼ਨ ਕਰ ਚੁੱਕੇ ਹੋ ਫਿਰ ਉਹੀ ਬੰਦਾ ਜਿਹਨੇ ਅੱਜ ਸੋਚ ਸਮਝ ਕੇ ਉਹ ਐਕਸ਼ਨ ਕੀਤਾ ਜਿਹੜਾ ਦੂਜਿਆਂ ਲਈ ਦੁਖਦਾਈ ਆ ਉਹ ਆਪਣੇ ਆਪ ਰਾਤ ਨੂੰ ਬੈਠ ਕੇ ਇਕੱਲਾ ਬੈਠ ਕੇ ਉਹਨੂੰ ਕਿਵੇਂ ਗਲਤ ਸਾਬਤ ਕਰੇਗਾ ਮੈਨੂੰ ਲੱਗਦਾ ਕਿ ਬਾਹਰਲੀ ਕਿਸੇ ਫੋਰਸ ਦਾ ਬਹੁਤ ਜ਼ਰੂਰੀ ਆ ਪੁਆਇੰਟ ਆਊਟ ਕਰਨਾ ਬਾਹਰਲੀ ਕਿਸੇ ਵਿਅਕਤੀ ਦਾ ਖੁਦ ਵਿਅਕਤੀ ਜੇ ਇਸ ਤਰ੍ਹਾਂ ਸੋਚਣ ਲੱਗੇ ਸਿਧਾਂਤਕ ਤੌਰ ਤੇ ਤੁਹਾਡੀ ਗੱਲ ਠੀਕ ਹੋ ਸਕਦੀ ਆ ਆਪਣਾ ਰਿਵਿਊ ਕਰੋ ਐਨਾਲਿਸਿਸ ਕਰੋ ਪਰ ਤੁਸੀਂ ਤਾਂ ਉਹਨੂੰ ਜਸਟੀਫਾਈ ਕੀਤਾ ਹੋਇਆ ਤੁਸੀਂ ਤਾਂ ਐਕਸ਼ਨ ਕਰ ਚੁੱਕੇ ਹੋ ਸੋਚ ਕੇ ਤਸਬ ਜੇ ਤੁਸੀਂ ਸੋਚ ਕੇ ਕਰ ਚੁੱਕੇ ਆ ਉਹ ਐਕਸ਼ਨ ਤੁਹਾਡਾ ਠੀਕ ਹੀ ਆ ਤਾਂ ਫਿਰ ਜ਼ਰੂਰੀ ਥੋੜੋ ਪਿਆ ਆ ਪਾਉ ਦਾ ਖੰਡਨ ਕਰਦਾ ਉਹ ਐਕਸੈਪਟਡ ਜੇ ਉਹ ਐਕਸ਼ਨ ਗਲਤ ਵੀ ਆ ਦੂਜਿਆਂ ਲਈ ਦੁਖਦਾਈ ਆ ਹਾਂ ਦੂਜਿਆਂ ਨੂੰ ਤਾਂ ਸੌਫਟ ਦੱਸਦਾ ਕਿ ਇਹ ਗਲਤ ਆ ਹਾਂ ਲੇਕਿਨ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਤਾਂ ਬਿਲਕੁਲ ਠੀਕ ਐਕਸ਼ਨ ਕੀਤਾ ਉਹ ਜੇ ਫਰਜ਼ ਕਰ ਲਓ ਤੁਸੀਂ ਉਹ ਐਕਸ਼ਨ ਕੀਤਾ ਜਿਹੜਾ ਦੂਜਿਆਂ ਲਈ ਦੁਖਦਾਈ ਆ ਔਰ ਤੁਹਾਨੂੰ ਉਹ ਠੀਕ ਲੱਗ ਰਿਹਾ ਫਿਰ ਜਿਹੜਾ ਹੈਗਾ ਫਿਰ ਉਹ ਵਿਕਾਸ ਵਾਲੀ ਗੱਲ ਨਹੀਂ ਹੈ ਉਹ ਕਿਸੇ ਸਟੇਜ ਦੇ ਉੱਤੇ ਜਾ ਕੇ ਤੁਹਾਨੂੰ ਫਿਰ ਲੱਗਣਾ ਚਾਹੀਦਾ ਵੇਬ ਮੈਂ ਕਿਸੇ ਨੂੰ ਹਰਟ ਕੀਤਾ ਇਹ ਹਰਟ ਕੀਤੇ ਤੋਂ ਬਿਨਾ ਸਰ ਸਕਦਾ ਜੀ ਦੇਖੋ ਇਹ ਇੱਕ ਆ ਫਿਕਰਾ ਬਹੁਤ ਜ਼ਰੂਰੀ ਗੱਲ ਜੇ ਕਿਸੇ ਨੂੰ ਹਰਟ ਕੀਤੇ ਤੋਂ ਬਿਨਾ ਤੁਹਾਡਾ ਸਰਦਾ ਹੋਵੇ ਔਰ ਉਹ ਚਾਹੇ ਉਹ ਸੱਚ ਵੀ ਹੋਵੇ ਗੱਲ ਫਿਰ ਉਹ ਨਾ ਕਹਿਣੀ ਚੰਗੀ ਹੈ ਜੇ ਸਰਦਾ ਹੋਵੇ ਤੁਹਾਡਾ ਜੇ ਬਿਲਕੁਲ ਹੀ ਦੂਜੀ ਗੱਲ ਆ ਫਿਰ ਤਾਂ ਹੋਰ ਨਾਲ ਪਰ ਜੇ ਕਿਸੇ ਨੂੰ ਹ ਬਹੁਤੀਆਂ ਗੱਲਾਂ ਆਪਾਂ ਕਰਦੇ ਆਂ ਵੀ ਉਹ ਆਪਾਂ ਨਾਂ ਵੀ ਕਰੀਏ ਤਾਂ ਸਰ ਸਕਦਾ ਕਿਸੇ ਨੂੰ ਹਰਟ ਹਾਂ ਛੋਟੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ अच्छा चलो एनीवे हुन ਮੈਂ ਗੱਲਾਂ ਥੋਤਨ ਸਿੱਖੀ ਹੈ ਐਨੀਵੇ ਨਹੀਂ ਨਹੀਂ اچھا ਉਹ ਕੀ ਗੱਲ ਹੈ ਫਿਰ ਸਾਹਿਬ ਜਿਸ ਵੇਲੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਬੰਦੇ ਨਾਲ ਬਹੁਤੀ ਵਾਰ ਇਹ ਗੱਲ ਹੁੰਦੀ ਆ ਮੈਂ ਬੰਦਾ ਮੈਂ ਕਹਾਂ ਜੀ ਵੀ ਮੈਂ ਇਸki ਹਲਿਡੇ ਦੇ ਵਿੱਚ ਨਿਊਯਾਰਕ ਗਿਆ ਸੀ ਹਾਂ ਮੈਂ ਵੀ ਗਿਆ ਸੀਗਾ ਤੂੰ ਉੱਥੇ ਉਹ ਫਲਾਨਾ ਸਕੂਅਰ ਦੇਖਿਆ ਤੇ ਉੱਥੇ ਦੇਖਿਆ ਉਹ ਚੀਜ਼ ਦੇਖਣੀ ਚਾਹੀਦੀ ਸੀ ਫਲਾਨੀ ਚਾਹੀਦੀ ਸਾਰੇ ਉਹ ਤੁਸੀਂ ਆਪ ਸ਼ੁਰੂ ਕਰ ਦਿੰਦੇ ਹੋ ਸਾਰੀ ਦੀ ਗੱਲ ਹੁਣ ਉਹ ਬੰਦਾ ਜਿਹੜਾ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਸਹੀ ਮੈਨੇ ਵਿੱਚ ਤੁਸੀਂ ਉਹਦਾ ਅਪਮਾਨ ਕਰਦੇ ਹੋ ਉਹਨੂੰ ਬਿਲिटल ਕਰ ਉਹਨੂੰ ਬਿਲिटल ਕਰਦੇ ਆ ਭਾਈ ਤੈਨ ਕੀ ਆ ਮੈਂ ਤਾਂ ਦੇਖਿਆ ਸਾਰਾ ਤੈਨ ਉਹ ਉਸ ਪਾਸੇ ਗਿਆ ਤੂੰ ਉੱਤੇ ਉਹ ਦੇਖਣ ਵਾਲਾ ਪਾਸਾ ਸੀਗਾ ਉਹ ਤਾਂ ਤੂੰ ਗਿਆ ਹੀ ਨਹੀਂ ਉੱਥੇ ਜਾ ਕੇ ਠੀਕ ਹੈ ਨਾ ਉਹ ਤੁਸੀਂ ਮੈਂ ਇਹ ਸਮਝਦਾ ਵੀ ਜੇ ਕੋਈ ਬੰਦਾ ਤੁਹਾਨੂੰ ਗੱਲ ਦੱਸਦਾ ਹੈਗਾ ਆ ਉਹਦੀ ਗੱਲ ਸੁਣ ਲੈਣੀ ਚਾਹੀਦੀ ਹੈ ਜਾ ਕੇ ਤੁਸੀਂ ਜੇ ਤੁਹਾਨੂੰ ਪਤਾ ਵੀ ਹੈ ਨਾ ਕੋਈ ਗੱਲੀ ਸੌਲ ਸੁਣ ਲਓ ਉਹਦੀ ਗੱਲ ਜਾ ਕੇ ਕੋਈ ਗੱਲ ਜੇ ਤੁਹਾਨੂੰ ਪਤਾ ਵੀ ਹੈਗਾ ਪਰ ਅਸੀਂ ਕੀ ਹੁੰਦਾ ਜੀ ਅਸੀਂ ਫਟ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਇਹ ਤਾਂ ਪਹਿਲਾਂ ਹੀ ਪਤਾ ਇਹਦਾ ਮੈਨੂੰ ਤਾਂ ਪਹਿਲੇ ਪਤਾ ਇਹ ਇਹ ਬਹੁਤ ਛੋਟ ਛੋਟੀਆਂ ਬਰੀਕੀ ਦੀਆਂ ਗੱਲਾਂ ਹੈ ਜਿਹੜੀਆਂ ਆਦਮੀ ਧਿਆਨ ਵਿੱਚ ਰੱਖੇ ਤਾਂ ਉਹਦੇ ਰਿਲੇਸ਼ਨ ਜਿਹੜੇ ਹੈਗੇ ਆ ਬਿਹਤਰ ਹੋ ਸਕਦੇ ਉਹ ਉਹਦਾ ਆਪਣਾ ਵਿਕਾਸ ਹੋ ਸਕਦਾ ਸੋ ਇਹ ਜਿਹੜੀਆਂ ਹੈਗੀਆਂ ਇਹ ਹੁਣ ਮੈਨੂੰ ਪਤਾ ਹੁਣ ਤੁਸੀਂ ਅੰਬੈਰਸ ਨਾ ਹੋਇਓ ਤੁਹਾਨੂੰ ਬਹੁਤੀਆਂ ਗੱਲਾਂ ਦਾ ਪਤਾ ਹੁੰਦਾ ਪਰ ਤੁਸੀਂ ਸੁਣ ਲੈਂਦੇ ਫੇਰ ਵਧੀਆ ਹੁੰਦੀਆਂ ਪਰ ਚੰਗੀ ਇਹ ਇੱਕ ਗੋਹਣਿਆ ਬੰਦੇ ਦਾ ਹੁਣ ਸਿੰਸਰ ਦੇਖੋ ਆਪਾਂ ਕਈ ਵਾਰ ਉਹਦੀ ਗੱਲ ਕੀਤੀ ਹੈ ਡਾਇਓਜੀਨਸ ਦੀ ਉਹ ਡਾਇਓਜੀਨਸ ਫਿਲਾਸਫਰ ਹੋਇਆ ਅਲੈਗਜ਼ੈਂਡਰ ਦੇ ਟਾਈਮ ਦੇ ਵਿੱਚ ਹੋਇਆ ਹੋ ਤੇ ਉਹ ਡਾਇਓਜੀਨਸ ਨੂੰ ਇਹ ਪੁੱਛਿਆ ਸੀਗਾ ਕਿ ਤੇਰੇ ਖਿਆਲ ਦੇ ਵਿੱਚ ਦੁਨੀਆ ਦਾ ਸਭ ਤੋਂ ਔਖਾ ਕੰਮ ਕਿਹੜਾ ਹੈ ਹੂੰ ਉਹ ਕਹਿੰਦਾ ਆਪਣੇ ਨੁਕਸ ਦੇਖਣ ਇੱਕ ਫਿਕਰੇ ਚ ਜਵਾਬ ਦਿੱਤਾ ਸੀ ਉਹ ਕਹਿੰਦਾ ਆਪਣੇ ਨੁਕਸ ਦੇਖਣੇ ਇਹ ਸਭ ਤੋਂ ਔਖਾ ਔਖਾ ਕੰਮ ਹੈਗਾ ਕਹਿੰਦਾ ਬੰਦੇ ਨੂੰ ਦਿਸਦੇ ਨਹੀਂ ਹੈ ਬੰਦੇ ਨੂੰ ਜਿਹੜੇ ਹੈਗੇ ਆ ਔਰ ਫਿਰ ਯਾਰ ਨੂੰ ਪੁੱਛਿਆ ਸੌਖਾ ਕੀ ਹੈ ਉਹ ਕਹਿੰਦਾ ਦੂਜੇ ਦੇ ਨੁਕਸ ਦੇਖਣੇ ਕਿਉਂਕਿ ਇਟ ਇਜ਼ ਸਿੰਪਲ ਐਸ ਥੇਰ ਦੇਖੋ ਕਮੀਆਂ ਦੀ ਮੈਂ ਗੱਲ ਕਰਦਾ ਮੈਨੂੰ ਹੁਣ ਯਾਦ ਆ ਰਿਹਾ ਕਾਫੀ ਦੇਰ ਦੀ ਗੱਲ ਹੈ ਮੈਂ ਪੜ੍ਹਿਆ ਸੀ ਕਿ ਇਹ ਚਾਨਕੀਆ ਜਿਸ ਵੇਲੇ ਇਹਨੂੰ ਇਨਸਟਰਕਸ਼ਨਾਂ ਦੇ ਰਿਹਾ ਸੀ ਚੰਦਰਗੁਪਤ ਮੋਰੀਆ ਨੂੰ ਨਾ ਤਾਂ ਉਸ ਵੇਲੇ ਉਹਦੇ ਇੱਕ ਇਨਸਟਰਕਸ਼ਨ ਇਹ ਸੀ ਕਿ ਜਿਹੜਾ ਬਾਦਸ਼ਾਹ ਆਪਣੀਆਂ ਕਮੀਆਂal ਨਿਗਾਨੀ ਮਾਰਦਾ ਨਾ ਉਸ ਟੇਬਲ ਨਹੀਂ ਰਾਜ ਕਰ ਸਕਦਾ ਇਸ ਕਰਕੇ ਆਪਣੀਆਂ ਕਮੀਆਂ ਉਹ ਕਹਿੰਦਾ ਆਰਗੇਨਾਈਜੇਸ਼ਨ ਚ ਨਹੀਂ ਆਪਣੇ ਅੰਦਰ ਜਿਹੜੀਆਂ ਤੇਰੀਆਂ ਕਮੀਆਂ ਆ ਉਹਦੇ ਤੇ ਵੀ ਧਿਆਨ ਰੱਖ ਰੋਜ਼ ਰੱਖ ਧਿਆਨ ਉਹਦੇ ਤੇ ਤੇ ਚੰਗੇ ਰੱਖੇ ਮੈਂ ਤਾਂ ਪੁਰਾਣੇ ਸਮੇ ਤੋਂ ਜੀ ਲੋਕਾਂ ਨੇ ਮਨਾਵੇ ਚ ਗੱਲਾਂ ਆਉਂਦੀ ਰਹੀ ਵੀ ਜੀ ਕਮੀ ਦੂਰ ਕਰਨ ਦੇਖੋ ਸਭ ਆਮ ਆਪ ਮ ਹੁਣ ਕਰਦੇ ਆ ਆਤਮ ਗਿਆਨਮ ਪਰਮ ਗਿਆਨਮ ਠੀਕ ਹੈ ਨਾ ਮਨ ਜੀਤੇ ਜਗਜੀਤ ਜਾਂ ਨੋ ਦਾਈ ਸੈਲਫ ਆਪਣੇ ਆਪ ਨੂੰ ਜਿਹੜਾ ਜਾਣਣਾ ਆ ਇਹ ਹੀ ਬਹੁਤ ਜ਼ਰੂਰੀ ਆ ਆਪਣੇ ਆਪ ਨੂੰ ਜਾਣਣਾ ਅਸੀਂ ਤਾਂ ਹੁਣ ਮੈਂ ਕੋਸ਼ਿਸ਼ ਕਰਦਾ ਪਏ ਮੈਂ ਵੀ ਫਲਾਣੇ ਬੰਦੇ ਨੂੰ ਜਾਣਦਾ ਉਹਨੂੰ ਕੋਸ਼ਿਸ਼ ਕਰ ਮੈਨੂੰ ਤਾਂ ਆਪਣੇ ਆਪ ਦਾ ਹੀ ਨਹੀਂ ਪਤਾ ਹੈ ਜਾ ਕੇ ਤੇ ਮੈਨੂੰ ਆਪਣੇ ਆਪ ਦਾ ਪਤਾ ਲੱਗੇ ਜਿਹੜਾ ਕਿ ਮੈਨੂੰ ਲਾਉਣਾ ਚਾਹੀਦਾ ਔਰ ਮੇਰੇ ਲਈ ਲਾਉਣਾ ਸੌਖਾ ਆ ਕਿਉਂਕਿ ਤੁਸੀਂ ਮੈਨੂੰ ਉਹਨਾਂ ਨਹੀਂ ਜਾਣਦੇ ਜਿੰਨਾ ਮੈਂ ਆਪਣੇ ਆਪ ਨੂੰ ਜਾਣਦਾ ਜਾ ਕੇ ਸੋ ਉਹਦੇ ਹਲ ਤੇ ਆ ਸੈਂਸਰ ਯੂ ਆਰ ਵਾਟ ਯੂ ਥਿੰਕ ਜੋ ਤੁਸੀਂ ਥਿੰਕ ਕਰਦੇ ਆ ਉਹ ਹੀ ਤੁਸੀਂ ਹੌਲੀ 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 ਫਿਰ ਤੁਸੀਂ ਉਧਰ ਚਲੇ ਜਾਣਗੇ। ਪਰ ਮੈਂ ਹੁਣ ਕੀ ਲੋਕਾਂ ਤੋਂ ਇਹ ਗੱਲ ਸੁਣ ਚੁੱਕਿਆ ਆ ਜਿਹੜੀ ਹੁਣ ਸਪਿਰਚੁਅਲ ਗੱਲਬਾਤ ਵੀ ਹੁੰਦੀ ਆ ਦੋ ਨੋ ਦਵਾਇਸ ਦਾਇਸੈਲਫ ਵੀ ਆਪਣੇ ਆਪ ਨੂੰ ਜਾਣੋ ਜੇ ਤੂੰ ਆਪਣੇ ਆਪ ਨੂੰ ਨਹੀਂ ਜਾਣਿਆ ਬੰਦਿਆ ਫਿਰ ਤੂੰ ਦੁਆਰ ਕੀ ਜਾਣੇਗਾ ਇਹ ਉਹ ਰੀਅਲੀ ਕਿਵੇਂ ਜਾਣਨ ਦੀ ਜਿਹੜੀ ਇਹ ਰੀਅਲ ਪ੍ਰੋਸੈਸ ਕੀ ਆ ਕੀ ਜਾਣਨਾ ਚਾਹੀਦਾ ਆਪਣੇ ਆਪ ਨੂੰ ਜੋ ਮੈਂ ਸਮਝ ਸਕੀ ਮੈਂ ਤਾਂ ਸਪਿਰਚੁਅਲ ਹੈ ਨਹੀਂ ਜਾ ਕੇ ਨਾ ਮੇਰਾ ਕੋਈ ਤਾਂ ਦਾ ਵਿਸ਼ਵਾਸ ਆ ਵੀ ਤੁਹਾਡੀ ਪਸੰਦ ਨਾ ਪਸੰਦ ਕੀ ਹੈ ਨਹੀਂ ਤੁਸੀਂ ਹਰਟ ਕੀਤਾ ਕਿਸੇ ਨੂੰ ਮੇਰੇ ਖਿਆਲ ਤਾਂ ਉਹ ਆ ਅੱਛਾ ਮੇਰੇ ਖਿਆਲ ਚ ਹਰ ਵੀ ਤੁਸੀਂ ਕਿਸੇ ਨੂੰ ਅੱਜ ਸਾਰੇ ਦਿਨ ਚ ਦੁਖੀ ਕੀਤਾ ਟਕਾਲਾਂ ਨੂੰ ਬੈਠ ਕੇ ਜੇ ਤੁਹਾਨੂੰ ਲੱਗਦਾ ਕੀਤਾ ਤਾਂ ਫਿਰ ਨੈਕਸਟ ਡੇ ਦੇ ਲਈ ਕਰੋਗੇ ਉਹ ਕੱਲ ਨੂੰ ਨਹੀਂ ਕਰਨਾ ਜੇ ਹੋ ਸਕਦਾ ਤਾਂ ਮੈਂ ਉਹਨੂੰ ਜਾ ਕੇ ਕਹਿ ਵੀ ਦਵਾਂ ਆਈ ਐਮ ਸੌਰੀ ਮੈਂ ਤੈਨੂੰ ਦੁਖੀ ਕੀਤਾ ਉਹਦੇ ਵਿੱਚ ਮੇਰੇ ਖਿਆਲ ਤੋਂ ਸਪਿਰਚੁਅਲਿਜ਼ਮ ਵੀ ਇਹੀ ਹੈ ਮੇਰੇ ਖਿਆਲ ਦੇ ਵਿੱਚ ਤਜੇ ਤੁਸੀਂ ਚੰਗਾ ਨੇਕ ਬਣਦਾ ਉਹ ਸਾਧਨ ਵੀ ਇਹ ਹੀ ਹੈਗਾ ਜਾ ਕੇ ਵੀ ਤੁਸੀਂ ਕਿਸੇ ਨੂੰ ਹਰਟ ਨਾ ਕਰੋ ਜੇ ਉਹ ਹਰਟ ਕੀਤੇ ਤੋਂ ਬਿਨਾ ਤੁਹਾਡਾ ਸਰਦਾ ਸੀ ਕਈ ਵਾਰ ਸਿਚੁਏਸ਼ਨ ਆ ਜਾਂਦੀ ਹੈ ਜਿਸ ਵੇਲੇ ਤੁਸੀਂ ਕਹਿ ਨਹੀਂ ਸਕਦੇ ਸੋ ਮੇਰਾ ਤਾਂ ਹੈਗਾ ਇਹ ਹੀ ਜਾ ਕੇ ਵੀ ਤੁਸੀਂ ਹੁਣ ਕਰਦੇ ਵਿੱਚ ਹੀ ਦੇਖ ਲਓ ਤੁਸੀਂ ਕਰਦੇ ਵਿੱਚ ਤੁਸੀਂ 211 ਰਿਲੇਸ਼ਨਸ ਹਰ ਇਨਸਾਨ ਸੁਮੰਧਾ ਦੇ ਵਿੱਚ ਜੀਦਾ ਜੇ ਉਸ ਸੰਬੰਧ ਨਾ ਹੋਣ ਤਾਂ ਜੀ ਨਹੀਂ ਸਕਦਾ ਠੀਕ ਹੈ ਹੁਣ ਉਹ ਦੇਖ ਲੈਣ ਤਾਂ ਜਾ ਕੇ ਪੇਬੇ ਮੈਂ ਜਿਹੜਾ ਹੈਗਾ ਆ ਅੱਜ ਐ ਗੱਲਾਂ ਫਲਾਣੇ ਫਲਾਣੇ ਐ ਕੀਤੇ ਅੱਛਾ ਕਈ ਵਾਰ ਇੱਕ ਇੱਕ ਬੰਦਾ ਮੇਰੇ ਕੋ ਆ ਕੇ ਮੈਨੂੰ ਉਹਨਾਂ ਗੱਲ ਕੀਤੀ ਉਹਦੇ ਸੁਹਾਰਨ ਗੱਲਾਂ ਕਰਦਾ ਸੀ ਉਹ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਪੇਬੇ ਮੈਂ ਕਹਿੰਦਾ ਆਪਣੇ ਪੇਰੈਂਟਸ ਦੇ ਨਾਲ ਹੁਣ ਮੈਨੂੰ ਲੱਗਦਾ ਮੈਂ ਉਹਨਾਂ ਵਧੀਆ ਵਰਤਾਅ ਨਹੀਂ ਕੀਤਾ ਜਿੰਨਾ ਮੈਨੂੰ ਕਰਨਾ ਚਾਹੀਦਾ ਸੀ ਹੂੰ ਤੇ ਹੁਣ ਉਹ ਨਹੀਂ ਉਹ ਕਹਿੰਦਾ ਹੁਣ ਉਹ ਨਹੀਂ ਗੁਜ਼ਰੀਆਂ ਤੋਂ ਬਾਅਦ ਉਹ ਗੁਜ਼ਰੀਆਂ ਤੋਂ ਬਾਅਦ ਹੁਣ ਮੈਨੂੰ ਫੀਲਿੰਗ ਹੋ ਰਹੀ ਹੈ ਕਹਿੰਦਾ ਤੇ ਉਹ ਮੈਂ ਕਿਹਾ ਵੀ ਮੇਰੇ ਮੇਰੇ ਖਿਆਲ ਦੇ ਵਿੱਚ ਤਾਂ ਇਹਦਾ ਇਲਾਜ ਇਹੀ ਆ ਕਿ ਉਹਨਾਂ ਨਾਲ ਚੰਗਾ ਵਰਤਾਅ ਤਾਂ ਹੋਇਆ ਨਹੀਂ ਪਰ ਜਿਹੜੇ ਹੁਣ ਜਿੰਦੇ ਹੈਗੇ ਉਹਨਾਂ ਨਾਲ ਕਰ ਲਾ ਜਿਹੜੇ ਜਿੰਦੇ ਹੈਗੇ ਆ ਭਾਵੇਂ ਤੇਰੇ ਪੇਰੈਂਟਸ ਨਹੀਂ ਹੈ ਹੈ ਪੇਰੈਂਟਸ ਤੇਰੇ ਨਹੀਂ ਹੈ ਤੇ ਤੇ ਨਾਲ ਹੋਰ ਬੰਦੇ ਸਬੰਧਤ ਹੈਗੇ ਭੈਣ ਭਰਾ ਨਿਆਣੇ ਫਲਾਨੇ ਹੈਗੇ ਦੋਸਤ ਮੈਂ ਤਾਂ ਉਹਨਾਂ ਨਾਲ ਚੰਗਾ ਕਹੀ ਕੀਤਾ ਜਾ ਸਕਦਾ ਉਹਨਾਂ ਨਾਲ ਤਾਂ ਹੁਣ ਮੁੜ ਕੇ ਕੀਤਾ ਨਹੀਂ ਜਾ ਸਕਦਾ ਸੋ ਜਿਹੜੇ ਬੰਦੇ ਹੈਗੇ ਇਸ ਵੇਲੇ ਜਿਨ੍ਹਾਂ ਨਾਲ ਅਸੀਂ ਰੋਜ਼ ਸੰਪਰਕ ਦੇ ਵਿੱਚ ਆਉਨੇ ਆ ਉਹਨਾਂ ਨਾਲ ਰਿਲੇਸ਼ਨ ਜਿਹੜੇ ਹੈਗੇ ਜਿੰਨੇ ਹਾਰਮੋਨੀਅਸ ਹੋਣ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸੌਖੀ ਰਹਿਣੀ ਹੁੰਦੀ ਜਾਂਦੀ ਦੇਖੋ ਜਿਹਨੂੰ ਆਪਾਂ ਪੰਜਾਬੀ ਚ ਕਹ ਲਓ ਗੁਣਚਿੰਤਨ ਨਾ ਇਹ ਬਹੁਤ ਜ਼ਰੂਰੀ ਚੀਜ਼ ਹੈ ਮੈਨੂੰ ਯਾਨੀ ਤੁਹਾਡੇ ਗੁਣ ਦਿਸਣੇ ਚਾਹੀਦੇ ਆ ਜੀ। ਹਮ ਹਮ। ਮੈਨੂੰ ਜਿਹੜੇ ਆਪਣੇ ਘਰ ਦੇ ਆ ਦੇ ਗੁਣ ਦਿਸਣੇ ਚਾਹੀਦੇ ਆ ਜੀ। ਮੈਂ ਜਿਨ੍ਹਾਂ ਨਾਲ ਸੰਪਰਕ ਵਿੱਚ ਆਉਣਾ ਮੈਨੂੰ ਉਹਨਾਂ ਦੇ ਗੁਣ ਲੱਭ ਕੇ ਚਿੱਤੇ ਕਰਨੇ ਚਾਹੀਦੇ ਆ ਪਏ ਗੋਣੇਵਾਂ ਦੇ ਵਿੱਚ ਹੈਗੇ ਆ। ਹੁਣ ਚਲੋ ਹੁਣ ਸੁਣਨ ਵਾਲੇ ਬੰਦੇ ਆਪਣੇ ਹੈਗੇ ਆ। ਮੈਂ ਸੁਝਾ ਦਿੰਦਾ ਜਾਂ ਕਿ ਜੇ ਸੁਣਨ ਵਾਲੇ ਨੂੰ ਕਿਸੇ ਨੂੰ ਕਰਨਾ ਹੈ ਤੋ ਅੱਜ ਜਿਹੜੇ ਸੁਣਨ ਵਾਲੇ ਵਿਹਲੇ ਬੈਠੇ ਹੋਣੇ ਉਹਨਾਂ ਦਾ ਸਾਰੇ ਅੱਜ ਸਾਰੇ ਹੀ ਸੌਣ ਤੋਂ ਪਹਿਲਾਂ ਇੱਕ ਇੱਕ ਸਫਾ ਲਿਖੋ ਤਾਂ ਜਾ ਕੇ ਕਿਸੇ ਦੇ ਜੇ ਹਸਬੰਡ ਵਾਈਫ ਦਾ ਲਿਖ ਲਵੇ ਫਾਦਰ ਹੈ ਉਸਨ ਲਈ ਫਾਦਰ ਲਿਖੇ ਤਾਂ ਸਾਨੂੰ ਪੇ ਮੇਰੇ ਵੀ ਬੇਟੇ ਦੇ ਵਿੱਚ ਐ ਸਿਫਤਾਂ ਮੇਰੇ ਬੇਟੇ ਚ ਐ ਸਿਫਤਾਂ ਮੇਰੇ ਪਤੀ ਦੇ ਵਿੱਚ ਐ ਸਿਫਤਾਂ ਜਾ ਕੇ ਠੀਕ ਹੈ ਨਾ ਮੇਰੇ ਬੇ ਇਹ ਜੇ ਹੁਣ ਫਰਜ਼ ਇੱਕ ਸਫਾ ਤੁਸੀਂ ਲਿਖੂਗੇ ਇੱਕ ਸਫਾ ਲਿਖੂਗੇ ਤਾਂ ਉਹਦੇ ਨਾਲ ਤੁਹਾਡੇ ਚਾਹੇ ਸੋਚ ਕੇ ਲਿਖੋ ਉਹ ਨਈ ਲਬਦੀਆਂ ਦਾ ਲਬ ਕੇ ਹੋ ਪਏ ਮੇਰੇ ਬੇਟੇ ਐ ਸਫਤਾ ਆ। ਔਰ ਉਹ ਸਾਰੀਆਂ ਸਫਤਾ ਲਿਖ ਕੇ ਤੈਂ ਸਰ ਜੇ ਤੁਸੀਂ ਉਹ ਸਫਾ ਉਹ ਬੇਟੇ ਨੂੰ ਫੜਾ ਦੋਗੇ ਉਹ ਬੇਟਾ ਪੜੂਆ ਤੁਹਾਡੇ ਰਿਲੇਸ਼ਨ ਚ ਕਿੰਨੇ ਫਰਕ ਪਊਗਾ। ਹਮ ਕਿੰਨਾ ਫਰਕ ਪਊਗਾ ਜਾਂ ਬੇਟਾ ਆਪਣੇ ਬਾਪ ਨੂੰ ਕਹਿੰਦਾ ਵੇ ਡੈਡੀ ਤੈਂ ਸੜ ਰਿਆ ਕੀਤਾ ਤੈਂ ਸੜ ਲਿਆ। ਉਹ ਰਿਲੇਸ਼ਨ ਕਿੰਨੇ ਜਿਹੜੇ ਖੁਸ਼ਕੁਬਾਰ ਹੋ ਜੂਗੇ ਜਾ। ਸੋ ਇੱਕ ਹੈਗੇ ਆ ਜੇ ਸੁਣਨ ਵਾਲੇ ਅੱਜ ਕਰ ਕਰ ਸਕਣ ਕਰ ਲੈਣ ਜਾ ਕੇ ਕੁਝ ਪੈਦਾ ਤਾਂ ਹੋਊਗਾ ਇਹ ਤਾਂ ਜ਼ਰੂਰੀ ਹੈ ਜ਼ਰੂਰ ਨਹੀਂ ਹੋਣਾ ਇਹ ਮੈਂ ਕਹਿ ਰਿਹਾ ਹਾਂ ਪਰ ਜਦ ਤੱਕ ਜਿਹੜਾ ਆਪ ਆਪਣੇ ਗੁਣਾ ਦਾ ਤਫਸਰਾ ਕਰਨਾ ਆਪ ਆਪਣੇ ਗੁਣਾ ਦਾ ਐਨਲਿਸਿਸ ਕਰਨਾ ਪੈਸਾ ਮੇਰਾ ਖਿਆਲ ਆ ਵੀ ਹਰ ਇੱਕ ਬੰਦਾ ਇਹ ਕੋਸ਼ਿਸ਼ ਕਰਦਾ ਕਿ ਮੈਂ ਆਪਣੀਆਂ ਚੰਗੀਆਂ ਚੀਜ਼ਾਂ ਹੀ ਐਗਜ਼ੀਬਿਟ ਕਰਾਂ ਮਾੜੀਆਂ ਚੀਜ਼ਾਂ ਜਿਹੜੀਆਂ ਮਨ ਚ ਆਉਂਦੀਆਂ ਵੀ ਨੇ ਜਾਂ ਕੋਈ ਇਸ ਤਰ੍ਹਾਂ ਦਾ ਹੁੰਦਾ ਵੀ ਹੈ ਮਨ ਦੇ ਵਿੱਚ ਵਕਾਰ ਆਉਂਦੇ ਰਹਿੰਦੇ ਆ ਉਹਨੂੰ ਐਗਜ਼ਿਬਿਟ ਹੀ ਨਹੀਂ ਕਰਦੇ ਨਹੀਂ ਕਰਦੇ ਮੈਂ ਇਸੇ ਕਰਕੇ ਤਾਂ ਹੀ ਕਹਿਆ ਮੇਰਾ ਮੈਨੂੰ ਹੀ ਪਤਾ ਤੁਹਾਨੂੰ ਨਹੀਂ ਪਤਾ ਮੇਰੇ ਮਨ ਦੇ ਵਿੱਚ ਕਿਦਾਂ ਦੇ ਮਾੜੇ ਜਾਂ ਚੰਗੇ ਵਕਤ ਆਉਂਦੇ ਆ ਵਿਚਾਰ ਇੱਕ ਇੱਕ ਹੋਰ ਕੀ ਗੱਲ ਹੈ ਜਿਹੜੇ ਮੇਰੇ ਅੰਦਰ ਦੇ ਜਿਹੜਾ ਮੈਂ ਦਿਮਾਗੀ ਤੌਰ ਤੇ ਜੁਰਮ ਕਰਦਾ ਜਿਹੜਾ ਮੈਂ ਦਿਮਾਗੀ ਤੌਰ ਤੇ ਕਰਦਾ ਉਹਨੂੰ ਕਾਨੂੰਨ ਕੋਈ ਸਜ਼ਾ ਨਹੀਂ ਦੇ ਸਕਦਾ ਮੈਨੂੰ ਮੈਨੂੰ ਸਜ਼ਾ ਤਾਂ ਉਹੀ ਮਿਲਣੀ ਹੈ ਜਿਹੜੀ ਮੈਂ ਬਾਹਰ ਨਿਕਲੇ ਅੰਦਰ ਮੈਂ ਕਿਸੇ ਦੇ ਮਰਡਰ ਕਰਨ ਦਾ ਸੋਚੀ ਜਾਵਾਂ ਮਰੇ ਆਪਣੇ ਕਹਿੰਦੇ ਮੈਂ ਬੋਮ ਮਰਡਰ ਕਰਤਾ ਫਲਾਣਾ ਕਰਤਾ ਹੋਰ ਵੀ ਕਨਾਉਣੇ ਕੰਮ ਜਿਹੜੇ ਮੈਂ ਆਪਣੇ ਦਿਮਾਗ ਚ ਜਿੰਨੇ ਮਰਦੀ ਸੋਚਾਂ ਉਹ ਕਾਨੂੰਨ ਨਹੀਂ ਮੈਨੂੰ ਕੁਝ ਕਰ ਸਕਦਾ ਉੱਤੇ ਹਮ ਠੀਕ ਹੈ ਉਹ ਤਾਂ ਨਹੀਂ ਜੇ ਆਪਣੇ ਆਪ ਨੂੰ ਸੋਚ ਕੇ ਕਰ ਦੇਖੋ ਇੱਕ ਫਿਕਰਾ ਹੁੰਦਾ ਸੀ ਉਹ ਮੇਰੇ ਖਿਆਲ ਮੈਨੂੰ ਚੇਤੇ ਆਹੋ ਜੇ ਕਹਿੰਦਾ ਦੀ ਦੀ ਹਾਈएस्ट ਫਾਰਮ ਆਫ ਅ ਹਿਊਮਨ ਐਥਿਕਸ অর ਕਲਚਰ ਇਜ਼ ਵੈਨ ਯੂ ਸਟਾਰਟ ਫੀਲਿੰਗ ਦੀ ਨੀਡ ਆਫ ਇਮਪਰੂਵਿੰਗ ਯੂਰ ਥਾਟਸ ਹਮ ਉਹ ਆ ਹਾਈएस्ट ਫਾਰਮ ਜਦੋਂ ਤੁਹਾਨੂੰ ਇਹ ਲੋੜ ਮਹਿਸੂਸ ਹੋਣ ਲੱਗ ਪਵੇ ਵੀ ਮੈਂ ਵੇ ਆਪਣੀ ਥਿੰਕਿੰਗ ਠੀਕ ਕਰਾਂ ਥੌਟ ਚੇਂਜ ਕਰਾਂ ਥੌਟ ਚੇਂਜ ਕਰਾਂ ਕਿਉਂਕਿ ਜਿਹੜਾ ਕੰਮ ਚੇਂਜ ਕਰਨਾ ਹੈ ਕੰਮ ਚੇਂਜ ਤਾਂ ਤੁਹਾਡਾ ਹੋਏ ਜਾਣਾ ਤੁਹਾਨੂੰ ਇਹ ਪਤਾ ਜਾ ਕੇ ਹੁਣ ਮੈਂ ਸ਼ਬਦ ਔਖਾ ਜਿਹੜੇ ਡੈਰੋਗੇਟਰੀ ਮਾਲਵਾ ਤੁਹਾਨੂੰ ਪਤਾ ਆ ਕੀ ਤੇ ਮੇਰੇ ਜੁੱਤੀਆਂ ਪਹਿਣੀਆਂ ਉਹ ਤਾਂ ਤੁਸੀਂ ਕਰਨਾ ਹੀ ਨਹੀਂ ਹੈ ਜਿਹੜਾ ਦਿਮਾਗੀ ਤੌਰ ਤੇ ਤੁਸੀਂ ਕਰੀ ਜਾਓ ਜਾ ਕੇ ਉਹਦਾ ਤੁਹਾਨੂੰ ਕਿਸੇ ਦਾ ਕੋਈ ਉਹ ਤਾਂ ਤੁਸੀਂ ਆਪੇ ਹੀ ਸੋਚਣਾ ਜਾ ਕੇ ਵੀ ਮੈਂ ਆਪਣੀ ਸੋਚ ਜਿਹੜੀ ਹੈ ਠੀਕ ਕਰਨ ਜਾ ਕੇ ਸੋ ਕਰ ਲੈਣੀ ਚਾਹੀਦੀ ਹੈ ਦੂਜੀ ਗੱਲ ਮੈਨੂੰ ਇਹ ਲੱਗਦਾ ਵੀ ਅਸੀਂ ਕਈ ਵ ਇਹ ਬੰਦਾ ਬਹੁਤ ਮਾੜਾ ਹੂੰ ਹੂੰ ਇਹ ਬੰਦਾ ਬਹੁਤ ਮਾੜਾ ਇਹ ਇਹ ਨਹੀਂ ਹੈ। opinion ਨਹੀਂ ਬਣਾ ਲਾ ਨਹੀਂ ਬੰਦਾ ਬਹੁਤ ਮਾੜਾ ਹੁਣ ਹੁਣ ਇਦਾਂ ਹੈ ਨਹੀਂ ਸਨ ਸਾਹਿਬ ਦੇਖੋ ਹਰ ਬੰਦਾ ਜਿਹੜਾ ਹਰ ਬੰਦਾ ਜਿਹੜਾ ਹਰ ਬੰਦੇ ਦੇ ਵਿੱਚ ਕੁਝ ਚੰਗਾ ਹੈ ਕੁਝ ਮਾੜਾ ਹੈ ਹੂੰ ਹੂੰ ਮੇਰੇ ਚ ਕਈ ਗੱਲਾਂ ਚੰਗੀਆਂ ਹੋਣੀਆਂ ਕਈ ਮਾੜੀਆਂ ਜਾਂ ਮੈਨੂੰ ਕਈ ਚੰਗੀਆਂ ਲੱਗਦੀਆਂ ਹੋਣੀਆਂ ਫਲਾਨੇ ਵਿੱਚ ਕਿਸੇ ਨੂੰ ਨਹੀਂ ਚੰਗੀਆਂ ਲੱਗਦੀਆਂ ਹੋਣੀਆਂ ਸੋ ਹਰ ਗੱਲ ਜਦ ਆਪਾਂ ਕਈ ਵਾਰ ਅੱਗੇ ਵੀ ਇਹ ਗੱਲ ਕੀਤੀ ਆ ਕਿ ਹਰ ਗੱਲ ਹਰ ਸਿਚੁਏਸ਼ਨ 'ਚ ਠੀਕ ਨਹੀਂ ਹੁੰਦੀ ਰਾਦਰ ਹਰ ਗੱਲ ਕਿਸੇ ਸਿਚੁਏਸ਼ਨ ਜੀ ਵੀ ਇਦਾਂ ਨਹੀਂ ਕਹਿ ਸਕਦੇ ਵੀ ਹਰੇਕ ਤੇ ਠੀਕ ਹੁੰਦੀ ਹੈ ਨੋ ਇਹ ਤਾਂ ਅਸੀਂ ਉਸ ਵੇਲੇ ਸੋਚ ਕੇ ਦੇਖਣਾ ਹੁਣ ਜਿਹੜੀ ਗੱਲ ਮੈਂ ਅੱਗੇ ਕਈ ਵਾਰ ਕਿਹਾ ਵੀ ਜਿਹੜੀ ਗੱਲ ਮੈਂ ਇੱਥੇ ਕਹਿੰਦਾ ਇਹ ਥੋੜਾ ਤੁਸੀਂ ਉੱਤੇ ਅਪਲਾਈ ਕਰ ਦਿਓ ਤੁਸੀਂ ਆਪ ਸੋਚੋ ਵੀ ਜਿਹੜੀ ਆ ਗੱਲ ਕੀਤੀ ਹੈ ਵੀ ਇਹ ਐ ਸਿਚੁਏਸ਼ਨ ਠੀਕ ਹੈਗੀ ਹੈ ਕਿ ਨਹੀਂ ਠੀਕ ਹੈਗੀ ਜੇ ਠੀਕ ਹੈਗੀ ਤਾਂ ਉਹਨੂੰ ਅਪਲਾਈ ਕਰ ਦਿਓ ਨਹੀਂ ਠੀਕ ਹੈ ਫਰਗੇਟ ਇਟ ਕਿਉਂਕਿ ਹਰ ਜਗ੍ਹਾ ਤਾਂ ਹੈ ਨਹੀਂ ਕਈ ਵਾਰ ਆਪਾਂ ਇਦਾਂ ਗੱਲ ਕੀਤੀ ਹੈ ਸਹਾਰਨ ਗੱਲ ਆਪਾਂ ਕਹਿ ਲੈਂਦੇ ਹਾਂ ਵੀ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਠੀ ਕੋਈ ਸਿਚੁਏਸ਼ਨ ਹੋ ਵੀ ਸਕਦੀ ਹੈ ਜਿੱਥੇ ਜਲਦੀਬਾਜ਼ੀ ਚ ਫੈਸਲਾ ਲੈਣਾ ਚਾਹੀਦਾ ਹੁਣ ਉੱਥੇ ਇਦਾਂ ਨਹੀਂ ਤੁਸੀਂ ਕਹਿ ਸਕਦੇ ਇੱਕ ਲੈ ਕੇ ਤੁਸੀਂ ਉਹਨੂੰ ਕਰ ਉਹ ਤੁਹਾਡਾ ਦਿਮਾਗ ਹੈ ਮਨੁੱਖੀ ਦਿਮਾਗ ਹੈ ਜਿਹੜਾ ਉਸ ਵੇਲੇ ਉਹ ਉਹਦਾ ਡਿਸਾਈਡ ਕਰਦਾ ਹੈ ਅੱਛਾ ਕਈ ਵਾਰ ਸਾਨੂੰ ਕਈ ਵਾਰ ਇਦਾਂ ਲੱਗਦਾ ਵੀ ਇਦਾਂ ਦੀਆਂ ਗੱਲਾਂ ਵੀ ਹੋ ਜਾਣੀਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਆਦਮੀ ਨੂੰ ਪਛਤਾਪ ਵੀ ਹੁੰਦਾ ਗਲਤੀਆਂ ਵੀ ਹੁੰਦੀਆਂ ਹੁਣ ਇੱਕ ਮੈਂ ਹਿਸਟਰੀ ਦੀ ਗੱਲ ਤੁਹਾਨੂੰ ਫਿਰ ਦੱਸਦਾ ਹੁਣ ਮੇਰਾ ਹਿਸਟਰੀ ਨਾਲ ਤੱल्लुक ਕਰਕੇ ਮੈਂ ਤੁਹਾਨੂੰ ਦੱਸੋ ਜੇ ਨਹੀਂ ਪਤਾ ਨਹੀਂ ਹੁਣ ਇਹ ਬੋਰਿਆ ਗੱਲਾਂ ਪਤਾ ਨਹੀਂ ਸਹੀ ਹੈ ਜਾ ਕੇ ਮੈਨੂੰ ਬੋਰ ਹੋਏ ਮੈਂ ਤੁਹਾਨੂੰ ਦੱਸਾਂ OK ਹਣ ਅਲੈਗਜ਼ੈਂਡਰ ਹੋਇਆ ਜੀ ਸਕੰਦਰ ਸਕੰਦਰ ਹੋਇਆ ਸਕੰਦਰ ਦਾ ਜਨਮ ਜੇ ਮੈਂ ਭੁੱਲਦਾ ਨਹੀਂ ਤਾਂ 356 BC ਚ ਹੋਇਆ ਹਮਮ ਇੱਕ ਉਹਦਾ ਫਰੈਂਡ ਹੋਇਆ ਜੇ ਕਲੀਟਸ ਹਮਮ ਕਲੀਟਸ ਦਾ ਜਨਮ ਹੋਇਆ 375 ਵਿੱਚ ਉਹ 19 ਸਾਲ ਉਹਨਾਂ ਨਾਲੋਂ ਬଡਾ ਸੀਗਾ ਅੱਛਾ ਜੀ ਹਾਂ ਜੀ 19 ਸਾਲ ਬੜਾ ਸੀਗਾ ਤੇ ਉਹ ਜਿਹੜਾ ਪ੍ਰਿੰਸ ਫਿਲਪ ਹੈ ਜਿਹੜਾ ਅਲੈਗਜ਼ੈਂਡਰ ਦਾ ਫਾਦਰ ਸੀਗਾ ਉਹ ਉਹਦੇ ਨਾਲ ਉਹਦੇ ਤਾਲਕਰ ਬਹੁਤ ਚੰਗੇ ਸੀ ਉਹ ਉਹਦਾ ਬਹੁਤ ਫੇਵਰਿਟ ਸੀਗਾ ਜੀ ਕਲੀਟਸ ਨੂੰ ਥਾਪੀਆਂ ਬਹੁਤ ਦਿੰਦਾ ਸੀ ਫਿਲਪ ਇਹ ਚੰਗਾ ਸੋਲਜਰ ਹੈ ਔਰ ਜਿਸ ਵੇਲੇ ਫਿਲਪਸ ਦੇ ਮਰਨ ਤੋਂ ਬਾਅਦ ਰਾਜ ਹਾਸਲ ਕਰਨ ਦੀ ਸਭ ਕੁਝ ਹੋਇਆ ਉਹਦੇ ਵਿੱਚ ਕਲੀਟਸ ਨੇ ਸਿਕੰਦਰ ਦੀ ਮਦਦ ਕੀਤੀ ਪੂਰੀ ਮਦਦ ਕੀਤੀ ਸਿਕੰਦਰ ਰਾਜ ਤੇ ਬਹਿ ਗਿਆ 336 ਵਿੱਚ ਬਹਿ ਗਿਆ ਜੀ 336 BC 'ਚ ਉਹ ਕਰਕੇ ਦੁਨੀਆ ਜਿੱਤਨ ਤੁਰ ਪਿਆ ਜੀ ਦੁਨੀਆ ਜਿੱਤਨ ਤੁਰ ਪਿਆ ਉੱਥੋਂ ਤੁਰਦਾ ਜਿਸ ਵੇਲੇ ਆਉਂਦਾ ਮੈਕੈਡੋਨੀਆ ਤੋਂ ਉਹ ਤੁਰਕੀ ਤੇ ਆਉਂਦਾ ਤੁਰਕੀ ਦੇ ਮੋਰੇ ਮੈਂ ਥੋੜਾ ਜਿਹਾ ਦੱਸ ਦਵਾ ਨਾ ਕਿ ਉੱਥੇ ਦੋ ਸਟ੍ਰੇਟਸ ਆ ਡਾਇਡਨਲ ਤੇ ਬੋਸਫੋਰਸ ਜਿਹੜੀਆਂ ਬਲੈਕ ਸੀ ਨੂੰ ਮੈਡੀਟੇਰੇਨ ਨਾਲ ਮਿਲਾਉਂਦੀਆਂ ਆ ਉੱਥੇ ਜਿਹੜੀ ਇੱਕ ਇੱਕ ਜਗ੍ਹਾ ਆ ਗ੍ਰੇਨਿਕਸ ਉਹ ਇੱਕ ਦਰਿਆ ਦੇ ਨਾਂ ਤੇ ਜਗ੍ਹਾ ਦਾ ਹੈ ਦਰਿਆ ਆ ਉਹਨਾਂ ਦੇ ਚੰਦ ਹੁਣ ਤਾਂ ਮੈਨੂੰ ਪਤਾ ਨਹੀਂ ਉਹ ਗ੍ਰੇਨਿਕਸ ਤੇ ਕ ਲੜਾਈ ਹੋਈ ਜੀ ਉਹ ਲੜਾਈ ਹੋਈ ਪਰਸ਼ਨ ਲੋਕਾਂ ਨਾਲ ਸਕੰਦਰ ਜੀ ਉਸ ਲੜਾਈ ਦੇ ਵਿੱਚ ਇੱਕ ਪਰਸ਼ਨ ਨੇ ਬੜਾ ਇੱਕ ਖਵਾੜਾ ਚੱਕਿਆ ਜੀ ਉਹ ਖਵਾੜਾ ਚੱਕ ਕੇ ਜੇ ਉੱਪਰ ਲਾ ਕੇ ਉਹਨ ਸਕੰਦਰ ਦੇ ਇੱਥੇ ਸਿਰ ਦੇ ਉੱਤੇ ਸਿੱਧਾ ਉਹਨ ਮਾਰਿਆ ਬਾਹਰ ਕਰ ਦਿੱਤਾ ਜੀ ਬਾਹਰ ਕਰ ਦਿੱਤਾ ਉਹ ਜੇ ਖਵਾੜਾ ਸਿਰ ਦੇ ਵੱਜ ਜਾਂਦਾ ਸਿਰ ਦੋ ਹੋ ਜਾਣਾ ਸੀ ਐਡਾ ਬੜਾ ਖਵਾੜਾ ਸੀ ਉਹ ਕਲੀਟਸ ਨੇ ਉਸ ਵੇਲੇ ਦੂਜਾ ਖਵਾੜਾ ਮਾਰ ਕੇ ਉਹਦੀ ਬਾਹ ਮੱਢ ਦਿੱਤੀ ਹੂੰ ਉਸ ਬੰਦੇ ਦੀ ਜੀ ਉਹ ਬਾ ਬਾੜ ਦਿੱਤੀ ਤਸਕੰਦਰ ਬਾਝਿਆ ਜੀ ਸ਼ੂਰ ਡੈਥ ਸੀ ਸਿਕੰਦਰ ਦੀ ਉਸ ਗੱਲ ਤੇ ਔਰ ਅਲੈਗਜ਼ੈਂਡਰ ਦੇ ਮਨ ਇੱਕ ਤਾਂ ਉਹਦੇ ਫਰੈਂਡ ਸੀ ਉਹਦਾ ਹੋ ਜਾ ਕੇ ਇੱਕ ਅਲੈਗਜ਼ੈਂਡਰ ਦੇ ਮਨ ਵਿੱਚ ਹੋਰ ਵੀ ਆਇਆ ਪੇ ਇਸ ਬੰਦੇ ਨੇ ਜਿਹੜੇ ਮੇਰੀ ਜਾਨ ਬਚਾਈ ਹੈ ਫਰੈਂਡਸ਼ਿਪ ਹੁੰਦੀ ਹੈ ਉੱਥੋਂ ਉਹ ਹਾਂ ਪਰਸ਼ੀਆ ਨੂੰ ਪਾਰ ਕਰਦੇ ਆ ਜੀ ਪਰਸ਼ੀਆ ਨੂੰ ਪਾਰ ਕਰਦੇ ਕਰਦੇ ਕਰਕੇ ਕੈਸਪੀਨ ਸੀ ਦੇ ਉੱਪਰ ਤੋਂ ਆ ਕੇ ਜਿਹੜਾ ਅੱਜ ਕੱਲ ਦਾ ਇਲਾਕਾ ਜ਼ਬੇਕਿਸਤਾਨ ਵਗੈਰਾ ਸਮਰਕੰਦ ਇੱਥੇ ਆ ਜਾਂਦੀ ਹੈ ਜੀ ਇੱਥੇ ਲੜਾਈ ਹੁੰਦੀ ਤੇ ਉਸ ਏਰੀਏ ਦਾ ਉਹਨੂੰ ਗਵਰਨਰ ਠਾ ਥਾਪ ਕਲੀਟਸ ਨੂੰ ਕਲੀਟਸ ਨੂੰ ਗਵਰਨਰ ਸਾਹਿਬ ਨੇ ਦੱਸ ਅਲੈਗਜ਼ੈਂਡਰ ਇਹ ਗੱਲ ਹੈਗੀ ਮੇਰੇ ਖਿਆਲ 328 ਦੀ ਡੇਟਾ ਮੈਨੂੰ ਕਹੀ ਚ ਤੇਰੇ ਜਨੇ ਕਈ ਫੋਲ ਜੰਨੀ ਤੇ ਉਹ 328 ਦੇ ਵਿੱਚ ਉਹ ਉੱਥੇ ਜਾ ਕੇ ਉੱਥੇ ਤਾਂ ਬੈਠਿਆ ਜੀ ਤੇ ਬੈਠੇ ਤੇ ਉਹਨੇ ਕਲੀਟਸ ਨੇ ਉਸੇ ਇਹਦੀ ਅਲੈਗਜ਼ੈਂਡਰ ਦੀ ਸਿਫਤ ਕੀਤੀ ਬਹੁਤ ਤੇ تیر ਮੁਕਾਬਲੇ ਚ ਕੋਈ ਬੰਦਾ ਨਹੀਂ ਪਰ ਉਹ ਉਹ ਜਾ ਕੇ ਅਸਕੰਦਰ ਠੀਕ ਈਗੋ ਤਾਂ ਹੁੰਦੀ ਨਾ ਬੰਦਿਆਂ ਬਈ ਉਸ ਕਰਦੇ ਕਰਦੇ ਨੇ ਕਲੀਟਸ ਨੇ ਇਹ ਗੱਲ ਕਹਿਤੀ ਕਹਿੰਦਾ ਪਰ ਤੂੰ ਉਨਾ ਬਹਾਦਰ ਨਹੀਂ ਜਿੰਨਾ ਤੇਰਾ ਬਾਪ ਬਹਾਦਰ ਸੀ ਅੱਛਾ ਹੁਣ ਕਹ ਉਹ ਤੇਰੇ ਬਾਪ ਜਿੰਨਾ ਤੂੰ ਬਹਾਦਰ ਨਹੀਂ ਹੈ ਜਾ ਕੇ ਉਹਦੇ ਮੁਕਾਬਲੇ ਤੂੰ ਗੁੱਸਦਲੇ ਅਲੈਗਜ਼ੈਂਡਰ ਨੇ ਜੀ ਉਹ ਬਰਛਾ ਚੱਕ ਕੇ ਛੱਡ ਕੇ ਮਾਰਿਆ ਜੀ ਉਹਦੇ ਉਸ ਵੇਲੇ ਉਹਨੂੰ ਮਾਰ ਦਿੱਤਾ ਕਲੀਟਸ ਨੂੰ ਕਲੀਟਸ ਨੂੰ ਮਾਰ ਦਿੱਤਾ ਹੁਣ ਤੁਸੀਂ ਦੇਖੋ ਉਹ ਹੀ ਕਲੀਟਸ ਜਿਹਨੂੰ ਉਹ ਆਪਣੀ ਜਾਨ ਸਮਝਦਾ ਸੀ ਉਹ ਹੀ ਕਲੀਟਸ ਦੀ ਉਹ ਜਾਨ ਲੈ ਲਈ ਬੰਦਾ ਤਾਂ ਸੇਮ ਹੈ ਜੀ ਐਟੀਟਿਊਡ ਹੀ ਬਦਲਿਆ ਨਾ ਉਸ ਬੰਦੇ ਦਾ ਜਿਹੜਾ ਹੈਗਾ ਐਟੀਟਿਊਡ ਬਦਲਿਆ ਸੋ ਇਦਾਂ ਨਹੀਂ ਆ ਜਿਹੜੀ ਇਹ ਗੱਲਾਂ ਹੈਗੀਆਂ ਉਹ ਮੈਂ ਸਮਝਦਾ ਜਾ ਕੇ ਇਦਾਂ ਨਹੀਂ ਸਮਝਣਾ ਚਾਹੀਦਾ ਵੀ ਇਹ ਬੰਦਾ ਹੁਣ ਮਾੜਾ ਉਹ ਬੰਦਾ ਤਾਂ ਉਹੀ ਹੈ ਹੂੰ ਸਾਡਾ ਐਟੀਟਿਊਡ ਬਦਲਿਆ ਉਹਦਾ ਹੁਣ ਕੋਈ ਬੰਦਾ ਮੈਨੂੰ ਚੰਗਾ ਸਮਝਦਾ ਹੋ ਬਾਅਦ ਚ ਮਾੜਾ ਸਮਝਣ ਲੱਪਿਆ ਜਾ ਕੇ ਉਹਦਾ ਹੀ ਐਟੀਟਿਊਡ ਬਦਲਿਆ ਮੈਂ ਤਾਂ ਆਲਮੋਸਟ ਸੇਮ ਹੈ ਲੋਕ ਜੀ ਬੰਦੇ ਦੇ ਜਿਹੜੇ ਟ੍ਰੇਟਸ ਨੇ ਉਹ ਵੱਖਰੇ ਵੱਖਰੇ ਲੋਕਾਂ ਨਾਲ ਵੱਖਰੇ ਵੱਖਰੇ ਬਿਹੇਵੀਅਰ ਦੇ ਆ ਠੀਕ ਬਿਲਕੁਲ ਆਪਣੇ ਸਰਤਾਜ ਦਾ ਗੀਤ ਵੀ ਆ ਕਿ ਹਰ ਬੰਦੇ ਦੇ ਵਿੱਚ ਇੱਕ ਨੇਕ ਪੁਰਸ਼ ਵੀ ਹੈ ਤੇ ਇੱਕ ਬਦਮਾਸ਼ ਵੀ ਹੈ ਹੁਣ ਕਿਹੜਾ ਤੁਹਾਡੇ ਪੇਸ਼ ਆਇਆ ਇਹ ਗੱਲ ਦੇਖਣ ਵਾਲੀ ਆ ਸਾਰੇ ਬੰਦਿਆਂ ਦਾ ਬਿਹੇਵੀਅਰ ਜਿਹੜਾ ਤੁਹਾਡੇ ਨਾਲ ਹਾਂਜੀ ਇੱਕੋ ਜਿਹਾ ਨਹੀਂ ਹੋ ਸਕਦਾ ਕਈ ਲੋਕਾਂ ਨੂੰ ਲੋਕ ਮੈਨੂੰ ਜ਼ਾਤੀ ਜ਼ਿੰਦਗੀ 'ਚ ਪਤਾ ਕਈ ਲੋਕਾਂ ਦਾ ਰੈਪਿਊਟੇਸ਼ਨ ਕਈ ਬੰਦਿਆਂ ਦਾ ਇਹੋ ਜਿਹਾ ਉਹ ਕਹਿੰਦੇ ਇਹ ਤਾਂ ਬੰਦਾ ਬਹੁਤ ਮਾੜਾ ਤੁਸੀਂ ਉਹਨਾਂ ਅਸੋਸੀਏਟ ਨਾ ਕਰੀ ਪਰ ਉਹਨੇ ਮੇਰੇ ਨਾਲ ਕੋਈ ਮਾੜੀ ਗੱਲ ਨਹੀਂ ਕੀਤੀ ਹੁਣ ਤੱਕ ਮੈਨੂੰ ਉਹ ਚੰਗਾ ਲੱਗਦਾ ਠੀਕ ਮੈਂ ਉਹਦੇ ਨਾਲ ਮਿਲਦਾ ਵਰਤਦਾ ਰਹਿੰਦਾ ਬਿਲਕੁਲ ਠੀਕ ਪਰ ਤੂੰ ਕਿਉਂਨੇ ਕਦੇ ਕੀਤਾ ਹੀ ਨਹੀਂ ਕੋਈ ਮਾੜਾ ਕੰਮ ਮੇਰੇ ਨਾਲ ਪਰ ਉਹਦਾ ਰੈਪਿਊਟੇਸ਼ਨ ਹੋਣਾ ਕਿ ਕਿਸੇ ਕਿਸੇ ਨੂੰ ਨਹੀਂ ਵੀ ਰਾਸ ਆਇਆ ਹੋਣਾ ਤੇ ਮੇਰਾ ਤਾਂ ਇੱਥੇ ਵੀ ਹੋਇਆ ਵੀ ਉਹ ਬੰਦਾ ਤੁਹਾਡੇ ਨਾਲ ਕਿਦਾਂ ਡੀਲ ਕਰ ਰਹਾ ਹੈਗਾ ਮੈਂ ਤਾਂ ਉਹਦੇ ਤੱਕ ਕੀ ਮਤਲਬ ਆਪਣੇ ਰਿਲੇਸ਼ਨ ਤੇ ਤੁਸੀਂ ਉਹਨੂੰ ਜੱਜ ਜੱਜ ਕਰਨਾ ਹੈਗਾ ਜਿਹੜਾ ਹੈਗਾ ਹੁਣ ਤੁਸੀਂ ਫਿਰ ਸਾਬ ਰਿਲੇਸ਼ਨ ਇਦਾਂ ਵਿਗੜਦੇ ਆ ਮੈਂ ਦੇਖਦਾ ਕਈ ਵਾਰ ਹਜ਼ਾਰਾਂ ਮਸਾਲਾ ਆਪਾਂ ਦੇ ਸਕਦੇ ਆ ਜਿ ਦੇਖੋ ਇਦਾਂ ਨਹੀਂ ਆ ਮਸਾਲਾ ਵੀ ਹੋਈਆਂ ਜਾ ਕੇ ਕਿ ਜਿਸ ਵੇਲੇ ਬੱਚੇ ਦਾ بیٹے ਦਾ ਜਨਮ ਹੁੰਦਾ ਉਸ ਵੇਲੇ ਲੱਡੂ ਵੰਡੇ ਜਾਂਦੇ ਆ ਉਹ ਹੁੰਦਾ ਮਹਿਫਲਾਂ ਹੁੰਦੀਆਂ ਸ਼ਰਾਬਾਂ ਚੱਲਦੀਆਂ ਜਾਂ ਕੇ ਖੁਸ਼ੀਆਂ ਦਾ ਕੋਈ ਅੰਤ ਨਹੀਂ ਰਹਿੰਦਾ ਹਮ ਹਮ ਉਹ 20 ਸਾਲ ਤੋਂ ਬਾਅਦ ਇਦਾਂ ਦੀ ਸਿਚੁਏਸ਼ਨ ਵੇਈਏ ਜਦੋਂ ਉਹ ਨੂੰ ਕਹਿੰਦੇ ਆ ਵੀ ਤੂੰ ਸਾਡੇ ਲਈ ਮਰ ਗਿਆ ਅਸੀਂ ਤੇਰੇ ਲਈ ਮਰ ਗਏ ਨੋ ਨੋ ਨੀ ਤੂੰ ਜਾ ਕੇ ਉਹ ਉਸੇ ਪਿੱਛੇ ਦਾ ਕਤਲ ਕੀਤਾ ਕਈ ਪਤਰਾਂ ਨੇ ਉਸੇ ਪਿੱਛੇ ਦਾ ਕਤਲ ਕੀਤਾ ਕਈਆਂ ਜਾ ਕੇ ਉਹ ਹੁਣ ਤੁਸੀਂ ਦੇਖੋ ਨਾ ਸੇਮੇ ਹੀ ਆ ਉਹ ਸੇਮੇ ਹੀ ਬੰਦਾ ਆ ਜਾ ਕੇ ਜਿਹਦੇ ਖੁਸ਼ੀਆਂ ਹੋਈਆਂ ਔਰ ਸੇਮੇ ਹੀ ਬੰਦਾ ਹੈਗਾ ਆ ਜਿਹਨ ਜਿਹੜਾ ਆਪਣੇ ਬਾਪ ਦੇ ਜਾਂ ਕੇ ਗੁੰਡਿਆਂ ਨੂੰ ਜਾਂ ਲੱਤਾਂ ਨੂੰ ਚਿੰਬੜ ਕੇ ਜਾ ਕੇ ਉਹਨੂੰ ਉਹਨੂੰ ਲੱਗਦਾ ਇਹੀ ਸਭ ਕੁਝ ਹੈ ਉਹ ਉਹ ਐਟੀਟਿਊਡ ਬਦਲ ਦਿੱਤੇ ਜਾ ਕੇ ਸੋ ਇੱਕ ਜਿਹੜਾ ਹੈਗਾ ਆ ਕਿਸੇ ਨੂੰ ਹਰਟ ਕਰਨ ਦੇ ਲਈ ਤਾਂ ਜਿਹੜੀ ਹੈਗੀ ਆਪਣੇ ਵਿਚਾਰਾਂ ਵਿੱਚ ਕੰਜੂਸੀ ਬਹੁਤ ਕਰਨੀ ਚਾਹੀਦੀ ਹਰਟ ਕਰਨ ਲਈ ਨਫ਼ਰਤ ਕਰਨ ਲਈ ਨਹੀਂ ਕਿ ਸਿਆ ਪ ਇੱਕ ਜੇ ਆਪਾਂ ਇਹ ਰੱਖ ਲਈਏ ਇਹਨਾਂ ਕਾਫੀ ਮਸਲੇ ਹੱਲ ਹੋ ਸਕਦੇ ਆ ਕਿ ਹਰ ਬੰਦੇ ਨੂੰ ਆਪਣੀ رائے ਰੱਖਣ ਦਾ ਅਧਿਕਾਰ ਆ ਹਮ ਹਰ ਬੰਦੇ ਨੂੰ ਆਪਣੀ رائے ਰੱਖਣ ਦਾ ਅਧਿਕਾਰ ਹੈਗਾ ਇਹ ਨਹੀਂ ਹੈ ਕਿ ਉਹ ਬੰਦਾ ਬਿਲਕੁਲ ਉਦਾਂ ਹੀ ਸੋਚੇ ਜਿੱਦਾਂ ਮੈਂ ਸੋਚਦਾ ਹਮ ਹਮ ਜ਼ਰੂਰੀ ਕਿਉਂਕਿ ਮੈਂ ਵੀ ਇਦਾਂ ਤੋਂ ਨਾ ਸੋਚਦਾ ਸਾਰੇ ਵੀ ਜਿੱਦਾਂ ਹੋਰ ਬੰਦੇ ਸੋਚਦੇ ਮੈਂ ਆਪਣੇ ਤੌਰ ਤੇ ਸੋਚਦਾ ਹਾਂ ਆਪਣੇ ਨੰਬਰ 1 ਜਿੱਥੇ ਆਪਾਂ ਬਾਰ ਬਾਰ ਅੱਗੇ ਵੀ ਕਹਿੰਦੇ ਰਹੇ ਇੱਕ ਤਾਂ ਸਮੇਂ ਦੇ ਕਾਨੂੰਨਾਂ ਨੂੰ ਤੋੜੇ ਹੂੰ ਠੀਕ ਹੈ ਨਾ ਬਾਕੀ ਆਪਣੀ رائے ਉਹ ਜਿਹੜੀ ਮਰਜ਼ੀ ਰੱਖੇ ਜੇ ਉਹਦੀ رائے ਤੁਹਾਡੇ ਮੁਤਾਬਕ ਨਹੀਂ ਹੈਗੀ ਤਾਂ ਫਿਰ ਤੁਸੀਂ ਪਿੱਛੇ हट ਜਾਓ ਜੀ ਹੂੰ ਬਿਲਕੁਲ ਠੀਕ ਹੈ ਨਾ ਪਿੱਛੇ हट ਜਾਓ ਜਾ ਕੇ ਉਹਨਾਂ ਨੂੰ ਜ਼ਰੂਰੀ ਥੋੜਾ ਪਏ ਅਸੀਂ ਜਾ ਕੇ ਉਹਦੇ ਨਾਲ ਜਿਹੜੀ ਮਾਰਕਟਾਈਂਗ ਕਰਨੀ ਹੈ ਹਾਂ ਉਹ ਫਿਰ ਸਾਹਿਬ ਇੱਕ ਮਹੀਨਾ ਲਾਹੌਰ ਰਹਿਣਾ ਮੈਨੂੰ ਹੀ ਦਾ ਲੱਗਦਾ ਜਾ ਕੇ ਵੀ ਅੜੀ ਕਿਸ ਗੱਲ ਤੇ ਤੇ ਕਰੇ ਹਰ 20 ਸਾਲ ਦੇ ਬਾਅਦ ਮੈਨੂੰ ਇਦਾਂ ਲੱਗਦਾ ਵੀ ਮੈਂ ਤਾਂ ਬਿਲਕੁਲ ਹੀ ਉਹ ਬੰਦਾ ਹੈ ਨਹੀਂ ਹੂੰ ਬਦਲ ਗਿਆ ਬਈ ਹੈ ਹੀ ਨਹੀਂ ਜਾ ਕੇ ਮੈਂ ਤੁਹਾਨੂੰ ਦੱਸਦਾ ਜੋਸੇਲੇ ਮੇਚ ਵਾਲੀਆਂ ਸਾਲਾਂ ਦਾ ਸੀਗਾ ਜੀ ਮੈਂ ਨਿਗਾਹ ਮਾਰੀ ਦੇਖਿਆ ਭੀ ਜਦ ਮੈਂ 20 ਸਾਲਾਂ ਦਾ ਸੀ ਉਹ ਤਾਂ ਇਦਾਂ ਦਾ ਹੀ ਸੀ ਹਮ ਮੈਂ ਕਿਹਾ ਨਹੀਂ 20 ਸਾਲਾਂ ਦਾ ਤਾਂ ਮੈਂ ਐਸ਼ਾਂ ਚੰਪੀ ਨਾ ਗਿਆ ਸੀਗਾ ਜੀ ਆਪ ਕੋ ਬਦਲਣਾ ਹੋ ਗਿਆ ਸੀ ਤਕੜਾ ਸੀਗਾ ਫਲਾਣਾ ਸੀ ਔਰ 20 ਸਾਲਾਂ ਦਾ ਤਾਂ ਮੈਨੂੰ ਇਦਾਂ ਆ ਸੀ ਮੈਂ ਇੱਥੇ ਪੜਦਾ ਸੀ ਵੀ ਇਦਾਂ ਦਾ ਮੇਰਾ ਸਰੀਰ ਸੀ ਇਦਾਂ ਦੇ ਮੇਰੇ ਵਿਚਾਰ ਸੀਗੇ ਹੁਣ ਇਹ ਤਾਂ ਮੇਰੇ ਤਾਂ ਵਿਚਾਰ ਹੈ ਹੀ ਨਹੀਂ ਉਹ ਜਿਹੜੇ ਮੇਰੇ 20 ਸਾਲਾਂ ਦੇ ਸੀ 20 ਸਾਲਾਂ ਦੇ ਤਾਂ ਮੈਂ ਹੋਰ ਤਰ੍ਹਾਂ ਸੋਚਦਾ ਸੀ ਮੇਰਾ ਟੈਂਪਰਾਮੈਂਟ ਵੀ ਹੋਰ ਸੀਗਾ ਹੁਣ ਮੇਰਾ ਟੈਂਪਰਾਮੈਂਟ ਇਹ ਬਦਲ ਗਿਆ ਅੱਛਾ 20 ਸਾਲਾ ਤਾਂ ਜਾ ਫਿਰ ਮੈਂ 60 ਸਾਲਾ ਹੋ ਗਿਆ ਜੀ ਹਮ ਜੇ ਮੈਂ 60 ਸਾਲਾਂ ਤੇ ਨਿਗਾਹ ਮਾਰੀ 20 ਸਾਲਾਂ ਦੇ ਮੈਨੂੰ ਲੱਗਾ ਨਹੀਂ ਨਹੀਂ ਉਹ 40 ਸਾਲਾਂ ਵਾਲਾ ਤਾਂ ਕੁਝ ਮੇਰਾ ਸੁ ਹੋ ਰਹੀ ਸੀਗਾ ਉਹ ਜਾ ਕੇ ਨਹੀਂ ਨਹੀਂ ਮੈਂ ਉਹ ਨਹੀਂ ਐ ਇਹ ਹੁਣ ਤਾਂ ਬਹੁਤ ਫਰਕ ਪੈ ਗਿਆ ਜਾ ਕੇ 40 ਸਾਲਾਂ ਤਾਂ ਠੀਕ ਐ ਨਹੀਂ 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 ਉਹ ਨਹੀਂ ਹੈ ਮੈਨੂੰ ਬਿਲਕੁਲ ਹੀ ਆਪਣਾ ਆਪ ਲੱਗਾ ਜਾ ਕੇ ਵੀ ਤੂੰ ਹੋ ਰਿਆਂ ਹਮ ਉਹ ਨਹੀਂ ਹੈ ਹੁਣ ਜਦੋਂ ਮੈਂ 60 ਸਾਲਾਂ ਦਾ ਹੋ ਗਿਆ ਹੁਣ ਮੈਨੂੰ ਇਹ ਲੱਗਦਾ ਵੇ ਜਦ ਮੈਂ 60 ਸਾਲਾਂ ਦਾ ਸੀਗਾ ਮੈਂ ਉਹ ਉਹ ਨਹੀਂ ਜਾ ਕੇ ਸੋ ਇਹ ਜਿਹੜਾ ਲਾ ਆ ਨੈਚਰ ਦਾ ਬਦਲਣ ਦਾ ਨਾ ਲਾਇਆ ਇਹਦੇ ਉੱਤੇ ਇਸ ਤਰ੍ਹਾਂ ਵੀ ਸਮਝ ਲੈਣਾ ਚਾਹੀਦਾ ਵੀ ਜੇ ਗੁੱਸਾ ਬਹੁਤ ਆ ਜਾਵੇ ਤਾਂ ਇਹ ਵੀ ਇਹ ਵੀ ਰੱਖ ਲੈਣਾ ਚਾਹੀਦਾ ਵੀ ਹੋ ਸਕਦਾ ਮੈਂ ਬਦਲ ਜਾਮਾ ਇਹ ਹੋ ਸਕਦਾ ਇਸ ਬੰਦੇ ਬਾਰੇ ਮੇਰੇ ਵਿਚਾਰ ਬਦਲ ਜਾਣ ਇਹ ਬਰਸਾਬ ਇਸ ਗੱਲ ਦਾ ਵੀ ਪ੍ਰਤੀਕ ਆ ਕਿਉਂਕਿ ਸਾਰੇ ਬੰਦਿਆਂ ਨਾਲ ਇਸ ਤਰ੍ਹਾਂ ਹੁੰਦਾ ਵੀ ਨਹੀਂ ਕਈ ਬੰਦੇ ਜਦੋਂ 20 ਸਾਲ ਦੇ ਹੁੰਦੇ ਆ 70 ਸਾਲ ਦੇ ਵੀ ਉਹੋ ਜਿਹੇ ਵਿਚਾਰਨ ਰੱਖਦੇ ਆ ਉਸੇ ਤਰ੍ਹਾਂ ਹੀ ਗਾਲਾਂ ਕੱਢਦੇ ਆ ਉਹੀ ਕੰਮ ਕਰਦੇ ਆ ਉਸੀ ਤਰ੍ਹਾਂ ਬਦਲਾ ਖੋਰ ਹੁੰਦਿਆ ਫਿਰ ਫਿਜ਼ੀਕਲ ਪਾਵਰ ਘਟ ਜਾਂਦੀ ਤਾਕਤ ਘਟ ਜਾਂਦੀ ਉਹਨਾਂ ਚ ਹੋਰ ਕੋਈ ਇਹਦਾ ਮਤਲਬ ਇਹ ਆ ਕਿ ਉਹਦਾ ਵਿਕਾਸ ਨਹੀਂ ਹੋਇਆ ਜੇ ਤੁਹਾਨੂੰ ਲੱਗਣ ਲੱਗ ਜਾਂਦਾ 10 ਸਾਲ ਬਾਅਦ ਕਿ ਉਹ ਪਹਿਲਾ ਬੰਦਾ ਮੇਰੇ ਵਾਲਾ ਗਲਤ ਸੀ ਮੈਂ ਪਹਿਲਾਂ ਗਲਤ ਸੀ 10 ਸਾਲ ਬਾਅਦ ਬੰਦਾ ਇਹਦਾ ਮਤਲਬ ਉਹ ਬਦਲ ਨਹੀਂ ਰਿਹਾ ਸਕਦਾ ਵਿਕਾਸ ਹੋ ਰਿਹਾ ਹਾਂ ਉਹ ਤੁਹਾਡੇ ਕਹਿਣ ਤੋਂ ਮਤਲਬ ਇਹ ਹੈ ਕਿ ਇਹ ਜਿਹੜਾ ਵਿਕਾਸ ਹੁੰਦਾ ਮੈਨੂੰ ਲੱਗਦਾ વિનાਸ਼ ਵੀ ਹੁੰਦਾ ਜਿੱਦਾਂ ਤੁਸੀਂ ਕਿਹਾ ਵੇ ਜ਼ਿਆਦਾ ਬਿਗੜ ਵੀ ਜਾਂਦੇ ਜਿਆਦਾ ਇਹ ਵੀ ਇਹ ਵੀ ਖਰਾਬੀ ਹੋ ਜਾਂਦੀ ਹੈ ਪਰ ਆਮ ਤੌਰ ਤੇ ਜਿਹੜਾ ਹੈਗਾ ਜਿਹੜੀ ਚੇਂਜ ਆ ਇਹ ਚੇਂਜ ਕਈ ਵਾਰ ਇਦਾਂ ਹੁੰਦੀ ਸਾਨੂੰ ਦਿਸਦੀ ਨਹੀਂ ਹੁੰਦੀ ਹੈ ਚੇਂਜ ਤਾਂ ਹਰ ਵੇਲੇ ਹੋ ਰਹੀ ਹੈ ਤੁਸੀਂ ਸਭ ਹੁਣ ਵੀ ਆਪਾਂ ਬਦਲ ਰਹੇ ਹਾਂ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਆ ਇਹ ਬਦਲ ਰਹੇ ਆ ਅੱਜ ਪਹਿਨ ਮੇਰੇ ਮੂਰੇ ਪਿਆ ਇਹ ਵੀ ਬਦਲ ਰਿਹਾ ਜਿੱਦਨ ਮੈਂ ਲਿਆ ਇਦਾਂ ਦਾ ਨਹੀਂ ਸੀ ਉਹ ਬਦਲ ਗਿਆ एवरीथिंग ਬਦਲ ਰਹੀ ਦੀ ਹੈ ਹੋਈਆ ਸਾਡਾ ਸੁਭਾਅ ਵੀ ਬਦਲ ਰਿਹਾ ਸਾਡਾ ਸਰੀਰ ਵੀ ਬਦਲ ਰਿਹਾ ਸਾਡੀਆਂ ਆਤਮਾ ਵੀ ਬਦਲ ਰਹੀਆਂ ਸਾਡੇ ਰਿਲੇਸ਼ਨ ਵੀ ਬਦਲ ਬਦਲ ਰਹੇ ਦੁਜਿਆਂ ਦੇ ਕਿਸੇ ਨਾ ਚੰਗੇ ਹੋ ਰਹੇ ਹੈ ਕਿਸੇ ਨਾ ਮਾੜੇ ਹੋ ਰਹੇ ਹੈ ਇਹ ਚੇਂਜ ਹੋਈ ਜਾਂਦੇ ਉਹ ਕਈ ਵਾਰ ਇੰਨਾ ਸਹੌਲੀ-ਹੌਲੀ ਹੁੰਦੀ ਹੈ ਕਿ ਸਾਨੂੰ ਜਿਹੜਾ ਹੈਗਾ ਪਤਾ ਹੀ ਨਹੀਂ ਲੱਗਦਾ ਹੁਣ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਜਿਸ ਵੇਲੇ ਪਹਿਲਵਾਨੀ ਕਰਦਾ ਹੁੰਦਾ ਇਦਾਂ ਹੋ ਗਿਆ ਇੱਕ ਦਿਨ ਸੁਣੋ ਬਈ ਇਦਾਂ ਹੋਇਆ ਜੀ ਹੂੰ ਇਹ ਹੌਲੀ 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 ਮੈਨੂੰ ਪਤਾ ਹੀ ਪਤਾ ਨਹੀਂ ਲੱਗਾ ਹੁਣ ਹੁਣ ਜਿਹੜੀ ਕੱਲ ਨੂੰ ਚੇਂਜ ਆਉਣੀ ਆ ਜਾਂ ਹੁਣ ਹੋ ਰਿਹਾ ਮੈਨੂੰ ਦਿਖ ਨਹੀਂ ਰਹੀ ਐ ਇਸ ਵੇਲੇ ਹੂੰ ਪਰ ਉਹ ਚੇਂਜ ਆ ਰਹੀ ਐ ਚੇਂਜ ਸੋ ਇਸ ਗੱਲ ਕਰਕੇ ਇਹ ਸਮਝ ਲੈਣਾ ਚਾਹੀਦਾ ਕਿ ਚੇਂਜ ਆਉਣੀ ਆ ਇਸ ਕਰਕੇ ਮੈਂ ਬਹੁਤੀ ਨਫ਼ਰਤ ਨਾ ਕਿਸੇ ਨੂੰ ਕਰਾਂ ਹੋ ਸਕਦਾ ਟਾਈਮ ਆ ਜਾਵੇ ਜਿਸ ਵੇਲੇ ਮੈਂ ਇਦਾਂ ਨਾ ਸੋਚਾਂ ਇਸ ਗੱਲ ਬਾਰੇ ਹੂੰ ਹੂੰ ਸੋ ਇਹ ਮੈਂ ਤਾਂ ਫੇਰ ਹੁਣ ਆਪਾਂ ਬਸ ਕਰਦੇ ਆ ਤਾਂ ਇਨਾ ਕਦਾਂ ਮੈਂ ਜ਼ਰੂਰ ਸਮਝਦਾ ਕਿ ਇੱਕ ਜਿਹੜੀ ਹੈਗੀ ਆ ਸੋਚ ਕੇ ਬੈਠ ਕੇ ਵਿਖੋ ਪਾਠ ਕਰਦੇ ਬੰਦੇ ਕਰੋ ਮੈਂ ਨਹੀਂ ਕਹਿੰਦਾ ਵੀ ਪਾਠ ਨਾ ਕਰੋ ਜਿਹਦਾ ਵਿਸ਼ਵਾਸ ਹੈਗਾ ਉੱਥੇ ਉੱਥੇ ਕਰੇ ਪਰ ਰਾਤ ਨੂੰ ਬੈਠ ਕੇ 10 ਮਿੰਟ ਜ਼ਰੂਰ ਜਿਹੜਾ ਹੈਗਾ ਹੈਗਾ ਇਹ ਸੋਚ ਲਿਆ ਜਾਵੇ ਵੀ ਅੱਜ ਦੇ ਦਿਨ ਦੇ ਵਿੱਚ ਕੋਈ ਖਰਾਬੀ ਤਾਂ ਨਹੀਂ ਹੋਈ ਹੈ ਅੱਜ ਦੇ ਦਿਨ ਦੇ ਵਿੱਚ ਮੈਂ ਕਿਸੇ ਨੂੰ ਦੁਖੀ ਤਾਂ ਨਹੀਂ ਕੀਤਾ ਹੈ ਔਰ ਫਿਰ ਇੰਨੀ ਕੁ ਜੁਰਤ ਵੀ ਹੋਵੇ ਪੇ ਜੇ ਦੁਖੀ ਕੀਤਾ ਤੁਸੀਂ ਸਮਝ ਲਿਆ ਪੇ ਮੈਂ ਕਿਸੇ ਆਪਣੇ ਪਾਰਟਨ ਨੂੰ ਆਪਣੇ ਬਾਪ ਨੂੰ ਆਪਣੇ ਬੇਟੇ ਨੂੰ ਜਾਂ ਕਿਸੇ ਨੂੰ ਕੀਤਾ ਤਾਂ ਫਿਰ ਮੈਂ ਉਹਦੇ ਕੋਲ ਆਪਣੀ ਗਲਤੀ ਮੰਨ ਲਵਾਂ ਪੇ ਮੈਂ ਇਦਾਂ ਇਦਾਂ ਕਰਕੇ ਹੋ ਗਈ ਆ ਪਰ ਗਾਹ ਨੂੰ ਨਹੀਂ ਗਾਹ ਨੂੰ ਨਹੀਂ ਹੋਵੇ ਮੈਂ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਕੋਸ਼ਿਸ਼ ਇਸ ਅਥਿੰਸ ਆਪ ਪਕਰਦੇ ਆ ਬਾੜੀ ਮੋਟੀ ਜਿਹੜੀ ਹੈਗੀ ਪੇ ਬੈਟਰ ਇਨਸਾਨ ਬਣ ਜੇ ਉਹਦਾ ਮੈਂ ਥੋੜਾ ਥੋੜਾ ਜ਼ੋਰ ਲਾਉਣਾ ਪਰ ਜਿਹੜੇ ਬੰਦੇ ਦੇ ਅੰਦਰ ਨੀਚਤਾ ਹੈ ਉਹ ਜ਼ੋਰ ਬਹੁਤ ਮਾਰ ਦਿਆ ਤੁਹਾਨੂੰ ਕਰਾਹੇ ਪਾਉਣ ਦੇ ਲਈ ਮਾੜਾ ਮਾੜੇ ਪਾਸੇ ਨੂੰ ਲਿਜਾਣ ਨੂੰ ਜਾ ਕੇ ਜੋਰ ਬਹੁਤ ਪਾ ਰਿਹਾ ਉਹ ਉਹ ਉਧਰੋਂ ਇੱਕ ਇੱਕ ਵਾਰ ਕੀ ਕਹਿੰਦੇ ਹਾਂ ਉਹ ਦੁੱਲਾ ਕਹਿੰਦੇ ਜਦ ਹੋਇਆ 20 ਸਾਲ ਦਾ ਤੋ ਕਾਜੀ ਨੂੰ ਜਾ ਕੇ ਕਹਿੰਦਾ ਵੀ ਮੈਂ ਮਸ਼ਹੂਰ ਹੋਣਾ ਮਸ਼ਹੂਰ ਕਿੱਦਾਂ ਹੋਵਾਂ ਇਹ ਉਹ ਕਾਜੀ ਕਹਿੰਦਾ ਵੀ ਮਸ਼ਹੂਰ ਤਾਂ ਦੋੇ ਤਰ੍ਹਾਂ ਨਾਲ ਹੁੰਦੇ ਜਾ ਤੂੰ ਚੰਗੇ ਕੰਮ ਕਰ ਜਾਂ ਤੂੰ ਮਾੜੇ ਕੰਮ ਕਰ ਉਹ ਕਹਿੰਦਾ ਛੇਤੀ ਕਿੱਦਾਂ ਹੋ ਸਕਦਾ ਉਹ ਛੇਤੀ ਤਾਂ ਕਹਿੰਦਾ ਫਿਰ ਮਾੜੇ ਕੰਮ ਨਾਲ ਹੀ ਹੁੰਦਾ ਜਾ ਕੇ ਮਸ਼ਹੂਰ ਉਹ ਦੁੱਲੇ ਨੇ ਕਹਿੰਦੇ ਉਦਨੇ ਰਾਤ ਨੂੰ ਕਾਜੀ ਕੋਟ ਰੱਟਾ ਦੁੱਲੇਨਪੇਟ ਚ ਹੋ ਗਈ ਬੱਲੇ ਬੱਲੇ ਦੁੱਲੇ ਨੇ ਕਾਜੀ ਕੋਟਾ ਦੇ ਲਈ ਕਾਜੀ ਕੋਟਾ ਸੋ ਚਲੋ ਇੰਨਾ ਦੀ ਮਸ਼ਹੂਰੀ ਨਾ ਹੀ ਲਈ ਜਾਵੇ ਤੇ ਚੰਗੀ ਇਹ ਜਿਹੜੀ ਹੈ ਤੇ ਥੈਂਕ ਯੂ ਵੈਰੀ ਮਚ ਸੰਤਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ